ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਜ਼ਬਾਤੀ ਜ਼ਿੰਦਗੀ ਸਟੋਰੀਜ਼ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਜ਼ਰ ਹਾਂ ਨਵੀਂ ਕਹਾਣੀ ਕਾਸ਼ ਦੇ ਨਾਲ। ਬਹੁਤ ਹੀ ਖੂਬਸੂਰਤ ਇੱਕ ਪਰਿਵਾਰਕ ਕਹਾਣੀ ਹੈ ਜੋ ਕਿ ਵੱਡੀ ਸਿੱਖਿਆ ਦਿੰਦੀ ਹੈ। ਸੋ ਉਮੀਦ ਹੈ ਕਿ ਤੁਸੀਂ ਅੰਤ ਤੱਕ ਜ਼ਰੂਰ ਸੁਣੋਗੇ। ਉਸ ਤੋਂ ਪਹਿਲਾਂ ਇੱਕ ਕਮੈਂਟ ਸਾਂਝਾ ਕਰਨਾ ਚਾਹੁੰਦੀ ਹਾਂ ਤੁਹਾਡੇ ਨਾਲ। ਇਹ ਵੀਰ ਜੀ ਲਿਖਦੇ ਨੇ ਕਿ ਕੜੀ ਦੁਪਹਿਰ 'ਚ ਠੰਡਕ ਦਾ ਅਹਿਸਾਸ ਕਰਵਾ ਦਿੰਦੀਆਂ ਨੇ ਤੁਹਾਡੀਆਂ ਕਹਾਣੀਆਂ। ਸੋ ਬਹੁਤ ਬਹੁਤ ਧੰਨਵਾਦ, ਤੁਹਾਡੇ ਇਹੋ ਜਿਹੇ ਵਿਚਾਰ ਮੇਰੇ ਲਈ ਪ੍ਰੇਰਣਾਦਾਇਕ ਹੋ ਨਿਬੜਦੇ ਨੇ। ਸੋ ਉਮੀਦ ਹੈ ਅੱਜ ਦੀ ਕਹਾਣੀ ਵੀ ਤੁਹਾਨੂੰ ਕੁਛ ਇਸੇ ਤਰ੍ਹਾਂ ਦਾ ਅਹਿਸਾਸ ਕਰਵਾਏਗੀ। ਅੱਜ ਮੈਨੂੰ ਕੁਝ ਵੀ ਚੰਗਾ ਨਹੀਂ ਸੀ ਲੱਗ ਰਿਹਾ। ਅੱਜ ਬਹੁਤ ਹੀ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ। ਇਹ ਇਕੱਲਾਪਨ ਕੀ ਸ਼ੈ ਹੁੰਦਾ ਇਹ ਹੁਣ ਮੈਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਸੀ, ਕਿਉਂਕਿ ਆਪਣਿਆਂ ਦੇ ਵਿੱਚ ਬੈਠੀ ਅੱਜ ਮੈਂ ਇਕੱਲੀ ਹਾਂ। ਸਵੇਰ ਤੋਂ ਹੀ ਆਪਣੇ ਕਮਰੇ ਵਿੱਚ ਬੈਠੀ ਬੈਠੀ ਥੱਕ ਗਈ ਸੀ। ਕਰਨ ਨੂੰ ਕੁਝ ਸੀ ਨਹੀਂ ਅਤੇ ਜੇਕਰ ਕਰਨਾ ਵੀ ਚਾਹੁੰਦੀ ਤਾਂ ਸਰੀਰ ਸਾਥ ਨਹੀਂ ਦੇ ਰਿਹਾ। ਖਾਣ ਪੀਣ ਨੂੰ ਮੈਨੂੰ ਆਪਣੇ ਕਮਰੇ ਵਿੱਚ ਹੀ ਮਿਲ ਜਾਂਦਾ। ਫਿਰ ਥੋੜ੍ਹਾ ਆਰਾਮ ਕਰਕੇ ਮੈਂ ਅਖਬਾਰ ਪੜ੍ਹਦੀ। ਲਗਭਗ 11 ਵਜੇ ਮੈਂ ਆਪਣੇ ਵਾਕਰ ਦੇ ਸਹਾਰੇ ਬੜੀ ਮੁਸ਼ਕਲ ਨਾਲ ਕਮਰੇ ਤੋਂ ਬਾਹਰ ਬਰਾਂਡੇ ਤੱਕ ਜਾ ਸਕਦੀ ਸੀ। ਗਠੀਏ ਦੇ ਕਾਰਨ ਜ਼ਮੀਨ 'ਤੇ ਪੈਰ ਘੜੀਸ ਘੜੀਸ ਕੇ ਤੁਰਨਾ ਹੁਣ ਮੇਰੀ ਕਿਸਮਤ ਬਣ ਚੁੱਕਿਆ ਸੀ। ਬਸ ਰੋਜ਼ ਦਾ ਇਹੀ ਕੰਮ ਸੀ ਮੇਰਾ। ਕਮਰੇ ਵਿੱਚ ਮੈਂ ਇੱਕ ਵੀਲ ਚੇਅਰ ਵੀ ਰੱਖੀ ਹੋਈ ਸੀ ਪਰ ਉਸਨੂੰ ਚਲਾਉਣ ਵਾਲਾ ਕੋਈ ਨਹੀਂ ਸੀ। ਮੈਂ ਆਪਣੇ ਪੈਰਾਂ ਨੂੰ ਵੀ ਉਸ ਕੁਰਸੀ 'ਤੇ ਨਹੀਂ ਟਿਕਾ ਸਕਦੀ ਸੀ ਅਤੇ ਵਾਕਰ ਲੈ ਕੇ ਵੀ ਮੈਂ ਉਸ ਸਮੇਂ ਤੁਰਦੀ ਸੀ ਜਦੋਂ ਮੈਨੂੰ ਕੋਈ ਦੇਖ ਨਹੀਂ ਰਿਹਾ ਹੁੰਦਾ। ਮੈਂ 10-15 ਕਦਮ ਵੀ ਨਹੀਂ ਸੀ ਤੁਰ ਸਕਦੀ ਅਤੇ ਲੜਖੜਾ ਜਾਂਦੀ। ਫਿਰ ਚੋਰੀ ਚੋਰੀ ਇੱਧਰ ਉੱਧਰ ਦੇਖਦੀ ਕਿ ਕੋਈ ਮੈਨੂੰ ਦੇਖ ਨਾ ਲਵੇ, ਨਹੀਂ ਤਾਂ ਤਾਨੇ ਸੁਣਨੇ ਪੈਂਦੇ। ਇਸ ਘਰ ਵਿੱਚ ਆਇਆ ਮੈਨੂੰ 6 ਮਹੀਨੇ ਤੋਂ ਜ਼ਿਆਦਾ ਹੋ ਗਏ ਸੀ। ਕਹਿਣ ਨੂੰ ਸਭ ਮੇਰੇ ਸੀ ਪਰ ਮੇਰਾ ਆਪਣਾ ਕੋਈ ਨਹੀਂ ਸੀ ਜੋ ਮੇਰੇ ਖੂਨ ਦੇ ਰਿਸ਼ਤੇ ਨਾਲ ਬੰਨਿਆ ਹੋਵੇ। ਭਰਾ ਸੜਕ ਹਾਦਸੇ ਵਿੱਚ ਕੁਝ ਸਮੇਂ ਪਹਿਲਾਂ ਹੀ ਗੁਜ਼ਰ ਗਿਆ ਸੀ। ਭਾਬੀ ਇਸ ਘਰ ਵਿੱਚ ਆਪਣੇ ਪੁੱਤਰ ਅਤੇ ਨੂੰਹ ਦੇ ਨਾਲ ਰਹਿੰਦੀ ਸੀ। ਕਿਸ਼ਨ ਉਹਨਾਂ ਦਾ ਨੌਕਰ ਸੀ ਜੋ ਹਮੇਸ਼ਾ ਬੜਬੜੀ ਕਰਦਾ ਰਹਿੰਦਾ ਸੀ। ਵੈਸੇ ਵੀ ਜਦ ਇਨਸਾਨ ਦੇ ਆਪਣੇ ਹੀ ਉਸ ਤੋਂ ਦੂਰ ਹੋਣ ਤਾਂ ਨੌਕਰ ਵੀ ਬਹੁਤੀ ਇੱਜ਼ਤ ਨਹੀਂ ਦਿੰਦੇ। ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਕਿਸੇ 'ਤੇ ਬੋਝ ਬਣਾਂ ਪਰ ਸੱਚ ਤਾਂ ਇਹ ਆ ਕਿ ਉਹ ਤਾਂ ਮੈਂ ਬਣ ਹੀ ਚੁੱਕੀ ਸੀ। ਆਪਣੇ ਜੂਠੇ ਭਾਂਡੇ ਜਦ ਰਸੋਈ ਵਿੱਚ ਰੱਖਣ ਜਾਂਦੀ ਤਾਂ ਦੂਰੋਂ ਹੀ ਭਾਬੀ ਟੋਕ ਦਿੰਦੀ, ਦੀਦੀ ਤੁਸੀਂ ਕਿਚਨ ਵਿੱਚ ਨਾ ਆਇਆ ਕਰੋ, ਮੈਂ ਤਾਂ ਬਸ ਆਪਣੇ ਭਾਂਡੇ ਰੱਖਣ ਹੀ ਆਈ ਸੀ, ਮੈਂ ਖੁਦ ਭਾਂਡੇ ਚੁੱਕ ਲਵਾਂਗੀ, ਨਹੀਂ ਤਾਂ ਕਿਸ਼ਨ ਲੈ ਆਇਆ ਕਰੂਗਾ, ਕਿਤੇ ਤੁਰਦੇ ਫਿਰਦੇ ਡਿੱਗ ਪਏ ਤਾਂ ਹਸਪਤਾਲ ਦੇ ਚੱਕਰ ਕੌਣ ਲਾਊ, ਤੁਸੀਂ ਪਲੀਜ਼ ਆਪਣੇ ਕਮਰੇ ਵਿੱਚ ਹੀ ਰਿਹਾ ਕਰੋ, ਮੈਨੂੰ ਸਵੇਰੇ ਸਵੇਰੇ ਹੋਰ ਵੀ ਕਈ ਕੰਮ ਹੁੰਦੇ ਆ। ਇਹ ਕਹਿ ਕੇ ਉਹ ਚਲੀ ਜਾਂਦੀ। ਹੁਣ ਤੱਕ ਮੈਂ ਜਾਣ ਚੁੱਕੀ ਸੀ ਕਿ ਉਹ ਜ਼ਬਾਨ ਤੋਂ ਪਲਾਂ ਹੀ ਤੇਜ਼ ਸੀ ਪਰ ਮਨ ਦੀ ਸਾਫ਼ ਅਤੇ ਪ੍ਰੈਕਟੀਕਲ ਸੀ। ਉਹ ਬਾਹਰੋਂ ਜਿਹੋ ਜਿਹੀ ਸੀ ਅੰਦਰੋਂ ਵੀ ਉਹੋ ਜਿਹੀ ਸੀ। ਕਾਸ਼ ਮੈਂ ਉਸਦਾ ਇਹ ਗੁਣ ਪਹਿਲਾਂ ਹੀ ਅਪਣਾ ਲਿਆ ਹੁੰਦਾ ਤਾਂ ਅੱਜ ਮੇਰੀ ਇਹ ਹਾਲਤ ਨਹੀਂ ਹੁੰਦੀ। ਪਰ ਚਲੋ, ਵਕਤ ਹੀ ਸਿਖਾਉਂਦਾ ਹੈ ਸਭ ਨੂੰ ਸਾਰਾ ਕੁਝ। 10 ਵਜੇ ਤੋਂ ਪਹਿਲਾਂ ਜੇਕਰ ਬੈੱਡ ਤੋਂ ਹੇਠਾਂ ਮੈਂ ਪੈਰ ਰੱਖ ਦਿੰਦੀ ਤਾਂ ਕਿਸ਼ਨ ਟੋਕ ਦਿੰਦਾ, ਹਜੇ ਫਰਸ਼ ਗਿੱਲਾ, ਜੇਕਰ ਤੁਸੀਂ ਤਿਲਕ ਗਏ ਤਾਂ ਭਾਬੀ ਮੈਨੂੰ ਡਾਂਟਣਗੇ, ਤੁਹਾਨੂੰ ਜੋ ਵੀ ਚਾਹੀਦਾ ਮੈਨੂੰ ਦੱਸੋ, ਮੈਂ ਇੱਥੇ ਹੀ ਲੈ ਆਵਾਂਗਾ। ਇਹ ਕਹਿ ਕੇ ਉਹ ਵੀ ਆਪਣਾ ਭੱਦਾ ਜਿਹਾ ਮੂੰਹ ਬਣਾ ਕੇ ਚਲਾ ਜਾਂਦਾ। ਉਸ ਦੀਆਂ ਗੱਲਾਂ ਤਿੱਖੀਆਂ ਛੁਰੀਆਂ ਬਣ ਦਿਲ ਵਿੱਚ ਚੁੱਭ ਜਾਂਦੀਆਂ ਪਰ ਮੈਂ ਹੋਰ ਕਰ ਵੀ ਕੀ ਸਕਦੀ ਸੀ, ਜਾਵਾਂ ਤਾਂ ਜਾਵਾਂ ਵੀ ਕਿੱਥੇ।
ਵਕਤ ਜ਼ਿੰਦਗੀ ਦੀ ਦਸ਼ਾ ਇਸ ਤਰ੍ਹਾਂ ਬਦਲ ਦੇਵੇਗਾ ਇਹ ਤਾਂ ਪਤਾ ਹੀ ਨਹੀਂ ਸੀ। ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ, ਮੇਰੇ ਲਈ ਕਮਰੇ ਤੋਂ ਬਰਾਂਡੇ ਤੱਕ ਚੱਲਣਾ ਵੀ ਮੁਸ਼ਕਲ ਹੋ ਗਿਆ ਸੀ। ਗਠੀਏ ਦੇ ਕਾਰਨ ਉਂਗਲਾਂ ਪੈਰ ਦੇ ਅੰਗੂਠੇ 'ਤੇ ਟੇਢੀਆਂ ਮੇਢੀਆਂ ਹੋ ਕੇ ਚੜ ਗਈਆਂ ਸਨ। ਲੱਕ ਵੀ ਕਾਫੀ ਚੁੱਕ ਗਿਆ ਸੀ ਅਤੇ ਬੜੀ ਮੁਸ਼ਕਲ ਨਾਲ ਮੈਂ ਸਿੱਧਾ ਤੁਰਨ ਦਾ ਯਤਨ ਕਰਦੀ। ਉਹਨਾਂ ਦੇ ਸਾਹਮਣੇ ਤਾਂ ਮੈਂ ਨਾਪ ਤੋਲ ਕੇ ਹੀ ਤੁਰਦੀ। ਇਸ ਤੋਂ ਇਲਾਵਾ ਹੋਰ ਵੀ ਕਈ ਰੋਗ ਸਰੀਰ ਵਿੱਚ ਪੈਦਾ ਹੋ ਰਹੇ ਸੀ। ਮੈਂ ਆਪਣੇ ਦੁੱਖਾਂ ਨੂੰ ਸ਼ੇਅਰ ਕਰਦੀ ਵੀ ਤਾਂ ਕਿਸ ਨਾਲ? ਇਸ ਕਲੋਨੀ ਵਿੱਚ ਕਿਸੇ ਨੂੰ ਜਾਣਦੀ ਵੀ ਤਾਂ ਨਹੀਂ ਸੀ। ਇਹ ਮਕਾਨ ਭਰਾ ਨੇ ਭਤੀਜੇ ਦਾ ਵਿਆਹ ਕਰਨ ਤੋਂ ਪਹਿਲਾਂ ਨਵਾਂ ਲਿਆ ਸੀ। ਵੈਸੇ ਚੰਗਾ ਵੀ ਹੈ, ਨਹੀਂ ਤਾਂ ਪੁਰਾਣੇ ਗੁਆਂਢੀ ਤਾਂ ਮੇਰੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਸਨ। ਥੋੜ੍ਹਾ ਜਿਹਾ ਤੁਰਦੀ ਤਾਂ ਕਦੇ ਕਦੇ ਨੇੜਲੇ ਪਾਰਕ ਵਿੱਚ ਚਲੀ ਜਾਂਦੀ। ਮੇਰੀ ਹਾਲਤ ਵੀ ਵਿਗੜਦੀ ਜਾ ਰਹੀ ਸੀ। ਮੈਂ ਬਿਮਾਰੀ ਤੋਂ ਜ਼ਿਆਦਾ ਉਦਾਸੀ ਅਤੇ ਇਕੱਲੇਪਨ ਦੇ ਸ਼ਿਕਾਰ ਸੀ। ਮੈਂ ਅੱਜ ਤੱਕ ਕਿਹੜਾ ਕਿਸੇ ਦਾ ਭਲਾ ਕੀਤਾ ਸੀ ਜੋ ਮੇਰੇ ਲਈ ਕੋਈ ਆਪਣਾ ਕੰਮ ਛੱਡ ਕੇ ਮੈਨੂੰ ਹਸਪਤਾਲ ਤੱਕ ਲੈ ਕੇ ਜਾਂਦਾ, ਮੇਰੇ ਕੋਲ ਕੁਝ ਪਲ ਬੈਠਦਾ। ਇੱਕ ਵਾਰ ਰਾਤ ਨੂੰ ਬਾਥਰੂਮ ਜਾਣ ਤੋਂ ਪਹਿਲਾਂ ਹੀ ਮੇਰਾ ਪਿਸ਼ਾਬ ਨਿਕਲ ਗਿਆ ਅਤੇ ਮੈਂ ਤਿਲਕ ਗਈ। ਆਵਾਜ਼ ਸੁਣ ਕੇ ਪਹਿਲਾਂ ਭਤੀਜ ਨੂੰ ਆਈ ਅਤੇ ਫਿਰ ਕਿਸ਼ਨ। ਉਸਨੇ ਸਾਰਾ ਫਰਸ਼ ਸਾਫ਼ ਕੀਤਾ ਅਤੇ ਮੇਰੇ ਕੱਪੜੇ ਵੀ ਬਦਲੇ। ਉਦੋਂ ਤੋਂ ਉਹਨਾਂ ਨੇ ਰਾਤ ਦੇ ਲਈ ਮੇਰੇ ਲਈ ਇੱਕ ਕੰਮ ਵਾਲੀ ਰੱਖ ਦਿੱਤੀ ਅਤੇ ਮੈਨੂੰ ਡਾਇਪਰ ਪਾਉਣ ਲਈ ਮਜਬੂਰ ਹੋਣਾ ਪਿਆ। ਕੰਮ ਵਾਲੀ ਮੈਨੂੰ ਸਵੇਰੇ ਹੀ ਨਹਾ ਧੋਆ ਕੇ ਚਲੀ ਜਾਂਦੀ। ਲਗਭਗ 10 ਵਜੇ ਤੱਕ ਸਾਰੇ ਜਣੇ ਆਪਣੇ ਆਪਣੇ ਦਫ਼ਤਰ ਚਲੇ ਜਾਂਦੇ। ਬਸ ਕੋਈ ਰਹਿ ਜਾਂਦਾ ਤਾਂ ਮੈਂ ਅਤੇ ਮੇਰੀ ਤਨਹਾਈ। ਨਾ ਕੋਈ ਆਪਣਾ, ਨਾ ਪਰਾਇਆ, ਨਾ ਕੋਈ ਸੁੱਧ ਬੁੱਧ ਲੈਣ ਵਾਲਾ, ਨਾ ਕੋਈ ਸੁੱਖ ਦੁੱਖ ਦਾ ਸਾਥੀ। ਬਸ ਕਿਸੇ ਤਰ੍ਹਾਂ ਜ਼ਿੰਦਗੀ ਨੂੰ ਢੋਈ ਜਾ ਰਹੀ ਸੀ। ਫਿਰ ਸ਼ਿਕਾਇਤ ਕਰਦੀ ਤਾਂ ਕਿਸ ਨਾਲ? ਮੇਰਾ ਕੀਤਾ ਕਿਰਾਇਆ ਹੀ ਤਾਂ ਮੇਰੇ ਸਾਹਮਣੇ ਆ ਰਿਹਾ ਸੀ। ਵੈਸੇ ਰਿਟਾਇਰ ਹੋਣ ਤੋਂ ਬਾਅਦ ਮੈਨੂੰ ਗ੍ਰੈਚੁਟੀ ਵੀ ਕਾਫੀ ਮਿਲੀ ਅਤੇ ਮੈਂ ਜੋੜਿਆ ਵੀ ਬਹੁਤ ਸੀ। ਅਤੇ ਮਾਂ ਦੇ ਮਰਨ ਤੋਂ ਬਾਅਦ ਭਰਾ ਅਤੇ ਭਾਬੀ ਨੇ ਉਹਨਾਂ ਦਾ ਸਾਰਾ ਪੈਸਾ ਵੀ ਮੇਰੇ ਨਾਮ ਕਰ ਦਿੱਤਾ ਸੀ। ਪਰ ਇਹ ਸਭ ਹੁਣ ਮੇਰੇ ਕਿਸੇ ਕੰਮ ਦਾ ਨਹੀਂ ਸੀ। ਨਾ ਭਾਬੀ ਮੇਰੇ ਤੋਂ ਪੈਸੇ ਲੈਂਦੀ ਅਤੇ ਨਾ ਹੀ ਕਿਤੇ ਦੇਣ ਦਿੰਦੀ ਸੀ। ਮੈਂ ਉਹਨਾਂ ਰੁਪਏ ਪੈਸਿਆਂ ਨੂੰ ਲੈ ਕੇ ਸਾਰੀ ਉਮਰ ਉਹਨਾਂ ਨੂੰ ਤਾਨੇ ਹੀ ਤਾਂ ਦਿੱਤੇ ਸਨ। ਹੁਣ ਇਹ ਸਾਰਾ ਪੈਸਾ ਮੇਰੇ ਵੀ ਕਿਸੇ ਕੰਮ ਨਹੀਂ ਸੀ ਆ ਰਿਹਾ। ਇਸ ਹਾਲਤ ਵਿੱਚ ਮੈਨੂੰ ਨਾ ਤਾਂ ਕੋਈ ਬਿਰਧ ਆਸ਼ਰਮ ਵਿੱਚ ਰੱਖਣ ਨੂੰ ਤਿਆਰ ਸੀ ਅਤੇ ਨਾ ਹੀ ਕੋਈ ਓਲਡ ਏਜ ਹੋਮ। ਕਾਸ਼ ਮੈਂ ਸੋਚਿਆ ਹੁੰਦਾ ਕਿ ਮੈਂ ਵੀ ਕਦੇ ਬੁੱਢੀ ਅਤੇ ਬੇਸਹਾਰਾ ਹੋਵਾਂਗੀ। ਸਰੀਰ ਵੀ ਹੌਲੀ ਹੌਲੀ ਮੇਰਾ ਸਾਥ ਛੱਡ ਦੇਵੇਗਾ। ਸਮਾਂ ਰਹਿੰਦੇ ਆਪਣੇ ਲਈ ਕੋਈ ਘਰ ਬਾਰ ਤਲਾਸ਼ ਕਰ ਲੈਂਦੀ, ਆਪਣੀ ਜ਼ਿੰਦਗੀ ਨਾਲ ਸਮਝੌਤਾ ਕਰ ਲੈਂਦੀ ਤਾਂ ਅੱਜ ਗੱਲ ਹੀ ਹੋਰ ਹੁੰਦੀ। ਭਤੀਜੇ ਅਤੇ ਭਤੀਜ ਨੂੰ ਨਾਲ ਮੇਰਾ ਸੰਬੰਧ ਲਗਭਗ ਨਾ ਦੇ ਬਰਾਬਰ ਸੀ। ਉਹਨਾਂ ਦੇ ਲਈ ਮੈਂ ਇਸ ਘਰ ਵਿੱਚ ਇੱਕ ਅਣਚਾਹਿਆ ਮੈਂਬਰ ਸੀ। ਉਹਨਾਂ ਦੇ ਜਾਣ ਤੋਂ ਬਾਅਦ ਹੀ ਮੈਨੂੰ ਥੋੜ੍ਹਾ ਸਕੂਨ ਮਿਲਦਾ ਅਤੇ ਮੈਂ ਆਪਣੀ ਆਜ਼ਾਦੀ ਨਾਲ ਘੁੰਮ ਸਕਦੀ ਸੀ। ਬਾਹਰ ਬਰਾਂਡੇ ਵਿੱਚ ਮੈਨੂੰ ਕਿਸ਼ਨ ਚਾਹ ਬਣਾ ਕੇ ਦੇ ਗਿਆ। ਮੈਂ ਬੜੀ ਮੁਸ਼ਕਲ ਨਾਲ ਆਪਣੇ ਪੈਰਾਂ ਨੂੰ ਸਾਹਮਣੇ ਵਾਲੀ ਕੁਰਸੀ 'ਤੇ ਜਿਵੇਂ ਕਿਵੇਂ ਰੱਖਿਆ ਅਤੇ ਸੜਕ 'ਤੇ ਆਉਂਦੇ ਜਾਂਦੇ ਲੋਕਾਂ ਨੂੰ ਵੇਖਣ ਲੱਗੀ। ਫਿਰ ਕਿਸ਼ਨ ਆਪਣੇ ਕਮਰੇ ਵਿੱਚ ਚਲਾ ਗਿਆ। ਅੱਜ ਪਤਾ ਨਹੀਂ ਕਿਉਂ ਮੈਨੂੰ ਆਪਣਾ ਅਤੀਤ ਬਹੁਤ ਜ਼ਿਆਦਾ ਦੁਖੀ ਕਰ ਰਿਹਾ ਸੀ। ਗੁਜ਼ਰੇ ਹੋਏ ਕਈ ਸਾਲਾਂ ਦੀ ਛਾਪ ਨੇ ਮੈਨੂੰ ਅਜਿਹੇ ਨਰਕ ਵਿੱਚ ਧੱਕ ਦਿੱਤਾ ਜਿੱਥੇ ਸਿਰਫ ਹਨੇਰਾ ਹੀ ਸੀ। ਮੈਂ ਇਕੱਲੀ ਬੈਠੀ ਆਪਣੀ ਜ਼ਿੰਦਗੀ ਦੀ ਕਿਤਾਬ ਦੇ ਪੰਨੇ ਪਲਟਦੀ ਰਹੀ ਅਤੇ ਇੱਕ ਇੱਕ ਪੜਾਅ ਨੂੰ ਜਾਂਚ ਰਹੀ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ
ਭਰਾ ਜਦੋਂ ਭਾਬੀ ਨੂੰ ਵਿਆਹ ਕੇ ਲੈ ਕੇ ਆਇਆ ਸੀ ਤਾਂ ਭਾਬੀ ਦੀ ਚੁੰਨੀ ਦਰਵਾਜ਼ੇ ਦੇ ਹੈਂਡਲ ਵਿੱਚ ਫਸ ਗਈ ਅਤੇ ਉਹ ਦਰਵਾਜ਼ੇ ਨਾਲ ਹੀ ਡਿੱਗ ਪਈ ਸੀ। ਮੰਮੀ ਤਾਂ ਬੁੜਬੁੜ ਕਰਦੇ ਹੋਏ ਇੱਕ ਪਾਸੇ ਚਲੀ ਗਈ ਕਿ ਇਹ ਤਾਂ ਬਹੁਤ ਹੀ ਬੁਰਾ ਸ਼ਗਨ ਹੋਇਆ, ਪਰ ਮੈਂ ਇੱਕ ਜ਼ੋਰਦਾਰ ਤਾਨਾ ਦਿੱਤਾ ਕਿ ਵੀਰੇ ਇਹ ਕਿਹੋ ਜਿਹੀ ਭਾਬੀ ਲੈ ਕੇ ਆਇਆ ਜੋ ਖੁਦ ਨੂੰ ਸੰਭਾਲ ਕੇ ਤੁਰ ਹੀ ਨਹੀਂ ਸਕਦੀ, ਘਰ ਨੂੰ ਇਹ ਕੀ ਸਵਾਹ ਚਲਾਊਗੀ। ਅਤੇ ਤਾੜੀ ਮਾਰ ਕੇ ਮੈਂ ਹੱਸਣ ਲੱਗੀ। ਮੇਰੇ ਨਾਲ ਮੇਰੀਆਂ ਸਹੇਲੀਆਂ ਅਤੇ ਰਿਸ਼ਤੇਦਾਰ ਵੀ ਇਸੇ ਮਜ਼ਾਕ ਵਿੱਚ ਸ਼ਾਮਲ ਹੋ ਗਏ ਸੀ। ਭਰਾ ਕੁਝ ਨਹੀਂ ਬੋਲਿਆ, ਉਹ ਹੱਥ ਫੜ ਕੇ ਉਸਨੂੰ ਖੜੀ ਕਰਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਮੈਂ ਕਿਹਾ, ਹਾਂ ਹਾਂ ਚੱਕੋ ਚੱਕੋ, ਡਿੱਗੇ ਹੋਏ ਨੂੰ ਚੁੱਕਣਾ ਹੀ ਤਾਂ ਤੁਹਾਡਾ ਕੰਮ ਹੈ। ਭਰਾ ਆਪਣੀ ਪਸੰਦ ਦੀ ਕੁੜੀ ਨੂੰ ਵਿਆਹ ਕੇ ਲਿਆਇਆ ਸੀ, ਇਸ ਲਈ ਉਹ ਚੁੱਪ ਸੀ। ਮੰਮੀ ਨੂੰ ਉਹ ਕੁੜੀ ਸ਼ੁਰੂ ਤੋਂ ਹੀ ਪਸੰਦ ਨਹੀਂ ਸੀ, ਫਿਰ ਵੀ ਭਰਾ ਦਾ ਮਨ ਰੱਖਣ ਲਈ ਉਹਨਾਂ ਨੇ ਹਾਂ ਕਰ ਦਿੱਤੀ ਸੀ। ਮੈਂ ਵੀ ਮੰਮੀ ਦੇ ਨਾਲ ਉਹਨਾਂ ਦੇ ਕਮਰੇ ਵਿੱਚ ਚਲੀ ਗਈ। ਇੱਕ ਇੱਕ ਕਰਕੇ ਸਾਰੇ ਰਿਸ਼ਤੇਦਾਰ ਵੀ ਆਪਣੇ ਆਪਣੇ ਘਰ ਚਲੇ ਗਏ ਅਤੇ ਫਿਰ ਭਾਬੀ ਦਾ ਕਿਸੇ ਨੇ ਵੀ ਖਾਸ ਸਵਾਗਤ ਨਹੀਂ ਕੀਤਾ। ਸਵੇਰੇ ਨਾ ਤਾਂ ਉਸਨੂੰ ਮੰਮੀ ਨੇ ਰਸੋਈ ਵਿੱਚ ਲਿਜਾ ਕੇ ਕੋਈ ਵੀ ਰਸਮ ਕਰਵਾਈ ਅਤੇ ਨਾ ਹੀ ਠੀਕ ਢੰਗ ਨਾਲ ਉਸ ਨਾਲ ਕੋਈ ਗੱਲ ਕੀਤੀ। ਉਹ ਤਿਆਰ ਹੋ ਕੇ ਡਰਾਇੰਗ ਰੂਮ ਵਿੱਚ ਜਾ ਕੇ ਬੈਠ ਗਈ। ਮੈਂ ਰਸੋਈ ਵਿੱਚ ਜਾ ਕੇ ਆਪਣੀ ਚਾਹ ਬਣਾਈ ਅਤੇ ਆਪਣੇ ਕਮਰੇ ਵਿੱਚ ਚਲੀ ਗਈ। ਰਸੋਈ ਨੂੰ ਰਸਤਾ ਮੇਰੇ ਕਮਰੇ ਤੋਂ ਡਰਾਇੰਗ ਰੂਮ ਵਿੱਚੋਂ ਦੀ ਜਾਂਦਾ ਸੀ। ਮੈਂ ਜਾਣ ਬੁੱਝ ਕੇ ਉਸਨੂੰ ਅਣਦੇਖਿਆ ਕੀਤਾ। ਉਦੋਂ ਤੱਕ ਭਰਾ ਵੀ ਆ ਗਿਆ ਸੀ। ਉਸਨੇ ਭਾਬੀ ਨੂੰ ਇਸ ਤਰ੍ਹਾਂ ਬੈਠੇ ਦੇਖ ਕੇ ਉੱਚੀ ਆਵਾਜ਼ ਵਿੱਚ ਗੁੱਸੇ ਨਾਲ ਕਿਹਾ ਸੀ, ਮੰਮੀ ਇਹ ਕੀ ਆ, ਨੂੰਹ ਦਾ ਸਵਾਗਤ ਕਰਨ ਦਾ ਇਹ ਕਿਹੜਾ ਤਰੀਕਾ? ਉਹ ਵਿਚਾਰੀ ਡਰਾਇੰਗ ਰੂਮ 'ਚ ਬੈਠੀ ਆ ਅਤੇ ਤੁਸੀਂ ਉਹ ਕਿ? ਇਸ ਤੋਂ ਪਹਿਲਾਂ ਕਿ ਮੰਮੀ ਆਪਣੇ ਕਮਰੇ ਵਿੱਚੋਂ ਨਿਕਲ ਕੇ ਆਉਂਦੇ, ਮੈਂ ਕਿਹਾ, ਵਾਹ ਬਈ ਵਾਹ, ਇੱਕ ਹੀ ਰਾਤ ਵਿੱਚ ਤੇਰੇ ਤਾਂ ਰੰਗ ਢੰਗ ਬਦਲ ਗਏ, ਮੈਂ ਅਤੇ ਮੰਮੀ ਤਾਂ ਜਿਵੇਂ ਤੇਰੇ ਲਈ ਕੁਝ ਹੈ ਹੀ ਨਹੀਂ। ਤਾਂ ਇਹਨੇ ਕੀ ਗਲਤ ਕਹਿ ਦਿੱਤਾ? ਮੰਮੀ ਨੇ ਇੱਕ ਕਮਜ਼ੋਰ ਜਿਹੀ ਦਲੀਲ ਦਿੱਤੀ। ਗੱਲ ਆਈ ਗਈ ਹੋ ਗਈ। ਪਾਪਾ ਘਰ ਦੀ ਕਿਸੇ ਵੀ ਗੱਲ ਵਿੱਚ ਕੋਈ ਟੋਕਾ ਟਾਕੀ ਨਹੀਂ ਕਰਦੇ ਸੀ। ਪਾਪਾ ਦਾ ਬਸ ਅਲੱਗ ਹੀ ਸੁਭਾਅ ਸੀ, ਨਾ ਕਿਸੇ ਗੱਲ ਦੀ ਖੁਸ਼ੀ, ਨਾ ਸ਼ਿਕਵਾ, ਨਾ ਸ਼ਿਕਾਇਤ। ਕਰਦੇ ਵੀ ਤਾਂ ਕਿਵੇਂ, ਸਾਰੀ ਉਮਰ ਤਾਂ ਉਹਨਾਂ ਨੇ ਨੌਕਰੀ ਕਰਦਿਆਂ ਬਾਹਰ ਲੰਘਾ ਦਿੱਤੀ ਸੀ। ਕਦੇ ਸਾਲ ਅਤੇ ਕਦੇ 6 ਮਹੀਨਿਆਂ ਬਾਅਦ ਘਰ ਆਉਂਦੇ। ਘਰ ਦੇ ਸਾਰੇ ਫੈਸਲੇ ਮੰਮੀ ਹੀ ਲਿਆ ਕਰਦੀ ਸੀ। ਮੰਮੀ ਬਹੁਤ ਸਾਰੀਆਂ ਗੱਲਾਂ ਵੀ ਉਹਨਾਂ ਤੋਂ ਲੁਕੋ ਲੈਂਦੀ ਸੀ। ਪਾਪਾ ਦਾ ਇੱਕ ਹੀ ਮਕਸਦ ਸੀ ਕਿ ਰਿਟਾਇਰ ਹੋਣ ਤੋਂ ਬਾਅਦ ਸੁੱਖ ਆਰਾਮ ਦੀ ਜ਼ਿੰਦਗੀ ਬਿਤਾ ਸਕਾਂ। ਕੁੱਲ ਮਿਲਾ ਕੇ ਮੰਮੀ ਨੇ ਹੀ ਸਾਨੂੰ ਭੈਣ ਭਰਾ ਨੂੰ ਪੜ੍ਹਾਇਆ ਅਤੇ ਪਾਲਿਆ ਸੀ। ਮੰਮੀ ਸ਼ੁਰੂ ਤੋਂ ਹੀ ਤੇਜ਼ ਤਰਾਰ ਅਤੇ ਤਿੱਖਾ ਬੋਲਣ ਵਾਲੀ ਸੀ। ਆਪਣੇ ਗਲਤ ਅਸੂਲਾਂ ਨੂੰ ਸਹੀ ਠਹਿਰਾਉਣ ਦੇ ਲਈ 100 ਝੂਠ ਦਾ ਸਹਾਰਾ ਵੀ ਲੈਣਾ ਪਵੇ ਤਾਂ ਪਿੱਛੇ ਨਹੀਂ ਸੀ ਹਟਦੀ। ਅਤੇ ਜੇ ਕੋਈ ਝੂਠ ਫੜਿਆ ਜਾਂਦਾ ਤਾਂ ਇਕੱਲੀ ਔਰਤ ਹੋਣ ਦਾ ਬਹਾਨਾ ਬਣਾ ਕੇ ਸਾਫ ਬਚ ਜਾਂਦੀ। ਹਰ ਮਹੀਨੇ ਦੁੱਧ ਵਾਲੇ, ਅਖਬਾਰ ਵਾਲੇ, ਕੰਮ ਵਾਲੀ ਅਤੇ ਕੂੜੇ ਵਾਲੇ ਦਿਆਂ ਕੋਈ ਨਾ ਕੋਈ ਗਲਤੀ ਕੱਢ ਕੇ ਉਹਨਾਂ ਦੇ ਪੈਸੇ ਕੱਟਣਾ, ਜਿਵੇਂ ਉਹਨਾਂ ਨੇ ਆਪਣਾ ਅਧਿਕਾਰ ਬਣਾ ਲਿਆ ਸੀ। ਉਹਨਾਂ ਦੀ ਇੰਨੀ ਕੜਕ ਆਵਾਜ਼ ਦੇ ਸਾਹਮਣੇ ਕੋਈ ਵੀ ਵਿਚਾਰਾ ਉਹਨਾਂ ਦੇ ਚੁੱਪ ਹੋਣ ਤੱਕ ਆਪਣੀ ਖੈਰ ਮਨਾਉਂਦਾ। ਅੱਜ ਮੈਂ ਉਹਨਾਂ ਨੂੰ ਵਿਚਾਰਾ ਹੀ ਕਹਾਂਗੀ, ਕਿਉਂਕਿ ਉਹਨਾਂ ਨੂੰ ਕੰਮ ਦੀ ਜ਼ਰੂਰਤ ਸੀ ਅਤੇ ਮੈਂ ਤਾਂ ਹਮੇਸ਼ਾ ਹੀ ਮੰਮੀ ਦੀ ਹੀ ਤਰਫਦਾਰੀ ਕਰਦੀ ਰਹੀ। ਉਹ ਸਭ ਲੋਕ ਹਮੇਸ਼ਾ ਆਪਣੇ ਪੈਸੇ ਕਟਵਾ ਕੇ ਵੀ ਆਪਣਾ ਕੰਮ ਕਰਦੇ ਰਹਿੰਦੇ। ਮੰਮੀ ਦੇ ਸਾਹਮਣੇ ਭਲਾ ਕਿਸੇ ਦੀ ਕੀ ਮਜ਼ਾਲ ਸੀ ਕਿ ਕੋਈ ਕੁਝ ਕਹਿ ਸਕੇ।
ਉਹਨਾਂ ਦੇ ਹਾਵ ਭਾਵ ਦਾ ਮੇਰੇ 'ਤੇ ਵੀ ਅਸਰ ਤਾਂ ਪੈਂਦਾ ਹੀ ਸੀ। ਮੈਂ ਵੀ ਤੇਜ਼ ਮਿਜਾਜ ਅਤੇ ਬਦ ਜ਼ਬਾਨ ਹੁੰਦੀ ਚਲੀ ਗਈ। ਮੇਰੀ ਸਮਝ ਵਿੱਚ ਵੀ ਹੌਲੀ ਹੌਲੀ ਆਉਣ ਲੱਗਾ ਕਿ ਲੋਕਾਂ ਤੋਂ ਕੰਮ ਕਰਵਾਉਣਾ ਹੈ ਤਾਂ ਆਪਣੇ ਔਰਤ ਹੋਣ ਦਾ ਫਾਇਦਾ ਚੱਕੋ। ਮੰਮੀ ਤਾਂ ਜਿਵੇਂ ਮੇਰਾ ਰੋਲ ਮਾਡਲ ਸੀ। ਸਮਾਂ ਗੁਜ਼ਰਦਾ ਗਿਆ। ਭਰਾ ਮੇਰੇ ਤੋਂ 3 ਸਾਲ ਛੋਟਾ ਸੀ। ਵਿਆਹ ਤਾਂ ਪਹਿਲਾਂ ਮੇਰਾ ਹੋਣਾ ਚਾਹੀਦਾ ਸੀ, ਪਰ ਮੰਮੀ ਨੇ ਪੁੱਠੀ ਚਾਲ ਚੱਲੀ। ਭਰਾ ਦੇ ਵਿਆਹ ਵਿੱਚ ਆਉਣ ਵਾਲਾ ਦਾਜ ਦਾ ਸਮਾਨ ਮੇਰੇ ਲਈ ਜਮ੍ਹਾਂ ਕਰਨਾ ਸ਼ੁਰੂ ਕਰ ਦਿੱਤਾ। ਭਾਬੀ ਦੇ ਮਹਿੰਗੇ ਸੂਟ, ਮਿਕਸਰ ਗ੍ਰਾਈਂਡਰ, ਟੀਵੀ, ਮਹਿੰਗਾ ਡਿਨਰ ਸੈੱਟ, ਹੋਰ ਕੀਮਤੀ ਭਾਂਡੇ ਅਤੇ ਪਤਾ ਨਹੀਂ ਕੀ ਕੀ ਮੇਰੇ ਲਈ ਸੰਭਾਲ ਕੇ ਰੱਖ ਦਿੱਤਾ। ਸਾਡੇ ਘਰ ਵਿੱਚ ਰੁਪਏ ਪੈਸਿਆਂ ਦੀ ਕਮੀ ਨਹੀਂ ਸੀ, ਫਿਰ ਵੀ ਮੰਮੀ ਖਰਚ ਕਰਨ ਵਿੱਚ ਬਹੁਤ ਹੀ ਜ਼ਿਆਦਾ ਕੰਜੂਸ ਸੀ। ਅੱਜ ਮੰਮੀ ਤਾਂ ਰਹੀ ਨਹੀਂ, ਪਰ ਉਸਦਾ ਕੰਜੂਸੀ ਨਾਲ ਜੁੜਿਆ ਹੋਇਆ ਪੈਸਾ ਮੇਰੇ ਕਿਸੇ ਵੀ ਕੰਮ ਨਹੀਂ ਆ ਰਿਹਾ। ਭਾਬੀ ਮੰਮੀ ਦੇ ਅੱਗੇ ਕੀ ਕਹਿੰਦੀ, ਉਸਨੇ ਤਾਂ ਇਸੇ ਘਰ ਵਿੱਚ ਹੀ ਰਹਿਣਾ ਸੀ। ਭਰਾ ਕਦੇ ਮੰਮੀ ਦੀ ਤਾਰੀਫ ਕਰਦਾ ਅਤੇ ਕਦੇ ਭਾਬੀ ਦੀ। ਦਰਅਸਲ ਮੰਮੀ ਚਾਹੁੰਦੀ ਹੀ ਨਹੀਂ ਸੀ ਕਿ ਪੁੱਤਰ ਅਤੇ ਨੂੰ ਇੱਕ ਹੋ ਜਾਣ। ਕੋਈ ਨਾ ਕੋਈ ਬਹਾਨਾ ਬਣਾ ਕੇ ਆਪਣੀ ਸੱਸ ਹੋਣ ਦਾ ਫਰਜ਼ ਨਿਭਾਉਂਦੀ। ਪੜ੍ਹਾਈ ਵਿੱਚ ਤਾਂ ਮੈਂ ਸ਼ੁਰੂ ਤੋਂ ਹੀ ਤੇਜ਼ ਸੀ। ਐੱਮ ਏ ਇਕਨੋਮਿਕਸ ਵਿੱਚ ਕਰਨ ਤੋਂ ਬਾਅਦ ਬੀ ਐੱਡ ਕੀਤੀ ਅਤੇ ਨੇੜੇ ਦੇ ਹੀ ਇੱਕ ਪਬਲਿਕ ਸਕੂਲ ਵਿੱਚ ਪੜ੍ਹਾਉਣ ਲੱਗੀ। ਲਗਭਗ 3 ਵਜੇ ਤੱਕ ਮੈਂ ਘਰ ਆ ਹੀ ਜਾਂਦੀ ਸੀ। ਕੁਛ ਦਿਨਾਂ ਵਿੱਚ ਹੀ ਮੇਰਾ ਵੀ ਵਿਆਹ ਤੈਅ ਹੋ ਗਿਆ ਅਤੇ ਮੈਂ ਪੇਕਿਆਂ ਤੋਂ ਸਹੁਰੇ ਆ ਗਈ। ਮੈਂ ਵੀ ਮੰਮੀ ਦੇ ਸਾਰੇ ਦਾਅ ਪੇਚ ਸਮਝ ਕੇ ਸਹੁਰੇ ਆਈ ਸੀ। ਮੇਰਾ ਪਤੀ ਬੈਂਕ ਵਿੱਚ ਕੰਮ ਕਰਦਾ ਸੀ। ਮੇਰੇ ਸੱਸ ਸਹੁਰੇ ਤੋਂ ਬਿਨਾਂ ਇੱਕ ਦਿਓਰ ਸੀ। ਸਾਡੇ ਕੁਛ ਦਿਨ ਤਾਂ ਇਸੇ ਤਰ੍ਹਾਂ ਖੁਸ਼ੀ ਖੁਸ਼ੀ ਬੀਤ ਗਏ, ਪਰ ਜਦੋਂ ਮੈਂ ਸੁਪਨਿਆਂ ਦੀ ਦੁਨੀਆ ਤੋਂ ਅਸਲ ਧਰਾਤਲ 'ਤੇ ਆਈ ਤਾਂ ਪਤਾ ਲੱਗਿਆ ਕਿ ਜ਼ਿੰਦਗੀ ਉਹੋ ਜਿਹੀ ਨਹੀਂ ਹੈ ਜਿਹੋ ਜਿਹੀ ਮੈਂ ਸਮਝਦੀ ਸੀ ਅਤੇ ਜਿਵੇਂ ਮੈਨੂੰ ਸਮਝਾਇਆ ਗਿਆ ਸੀ। ਪਤੀ ਦੇ ਦਫ਼ਤਰ ਚਲੇ ਜਾਣ ਤੋਂ ਬਾਅਦ ਸਾਰਾ ਦਿਨ ਸੱਸ ਸਹੁਰੇ ਦੇ ਨਾਲ ਰਹਿਣਾ ਮੈਨੂੰ ਬਹੁਤਾ ਚੰਗਾ ਨਹੀਂ ਸੀ ਲੱਗਦਾ, ਕਿਉਂਕਿ ਮੈਂ ਕਦੇ ਸਿੱਖਿਆ ਹੀ ਨਹੀਂ ਸੀ ਅਤੇ ਨਾ ਹੀ ਮੈਂ ਸਵੇਰ ਤੋਂ ਸ਼ਾਮ ਤੱਕ ਘਰ ਦੇ ਕੰਮਾਂ ਵਿੱਚ ਉਲਝ ਸਕਦੀ ਸੀ। ਮੈਂ ਕਦੇ ਚੁੱਲ੍ਹੇ ਚੌਂਕੇ ਵਿੱਚ ਜਾਣਾ ਵੀ ਨਹੀਂ ਸੀ ਸਿੱਖਿਆ। ਮੰਮੀ ਨੌਕਰਾਂ 'ਤੇ ਨਿਰਭਰ ਸੀ ਅਤੇ ਭਾਬੀ ਦੇ ਆਉਣ ਤੋਂ ਬਾਅਦ ਤਾਂ ਹਰ ਛੋਟੇ ਵੱਡੇ ਕੰਮ ਮੈਂ ਉਸ ਤੋਂ ਹੀ ਕਰਵਾਉਂਦੀ। ਥੱਕ ਹਾਰ ਕੇ ਜਦੋਂ ਸ਼ਾਮ ਨੂੰ ਪਤੀ ਘਰ ਆਉਂਦਾ ਤਾਂ ਮੈਂ ਸਾਰਾ ਦਿਨ ਦੇ ਗਿਲੇ ਸ਼ਿਕਵੇ ਕਰਦੀ। ਉਹ ਇਸ ਗੱਲ ਨੂੰ ਹੱਸ ਕੇ ਟਾਲ ਜਾਂਦੇ, ਹੌਲੀ ਹੌਲੀ ਸਭ ਠੀਕ ਹੋ ਜਾਣਾ, ਸ਼ੁਰੂ ਸ਼ੁਰੂ ਵਿੱਚ ਇਸ ਤਰ੍ਹਾਂ ਹੀ ਹੁੰਦਾ, ਥੋੜ੍ਹਾ ਐਡਜਸਟ ਕਰਨਾ ਸਿੱਖ ਲੈ ਬਸ। ਇੰਨਾ ਕਹਿ ਉਹ ਫਿਰ ਕੰਮ 'ਤੇ ਚਲੇ ਜਾਂਦੇ। ਸਵੇਰੇ ਉਹਨਾਂ ਦੇ ਔਫਿਸ ਜਾਣ ਤੋਂ ਬਾਅਦ ਮੈਂ ਘੰਟਾ ਘੰਟਾ ਮੰਮੀ ਨਾਲ ਗੱਲਾਂ ਕਰਕੇ ਆਪਣਾ ਦੁੱਖ ਹਲਕਾ ਕਰਦੀ। ਮੰਮੀ ਨੇ ਇੱਕ ਦਿਨ ਤਰੀਕਾ ਦੱਸਿਆ, ਹਜੇ ਥੋੜ੍ਹੇ ਦਿਨ ਹੋਰ ਐਡਜਸਟ ਕਰ ਲਾ, ਫਿਰ ਬਾਅਦ ਵਿੱਚ ਨੌਕਰੀ ਕਰ ਲਈ, ਅੱਧਾ ਦਿਨ ਤਾਂ ਵੈਸੇ ਹੀ ਲੰਘ ਜਾਇਆ ਕਰੂ, ਬਾਕੀ ਦਾ ਆਰਾਮ ਵਿੱਚ। ਮੰਮੀ ਮੈਨੂੰ ਨਹੀਂ ਲੱਗਦਾ ਕਿ ਉਹ ਨੌਕਰੀ ਲਈ ਮੰਨਣਗੇ। ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਕਿ ਉਹਨਾਂ ਨੇ ਵਿਆਹ ਆਪਣੇ ਮਾਤਾ ਪਿਤਾ ਦੇ ਲਈ ਹੀ ਕੀਤਾ ਤਾਂ ਕਿ ਕੋਈ ਤਾਂ ਉਹਨਾਂ ਦੇ ਕੋਲ ਰਹਿ ਸਕੇ। ਲੈ ਇਸ ਤਰ੍ਹਾਂ ਥੋੜ੍ਹੀ ਹੁੰਦਾ, ਮੰਮੀ ਭੜਕ ਕੇ ਬੋਲੀ ਸੀ। 8 ਘੰਟੇ ਸੌਣ ਵਿੱਚ ਲੰਘ ਜਾਂਦੇ ਆ, 4 ਘੰਟੇ ਪਤੀ ਦੇ ਨਾਲ ਅਤੇ ਸੱਸ ਸਹੁਰੇ ਲਈ 12 ਘੰਟੇ। ਇਹ ਕਹਿ ਕੇ ਉਹਨਾਂ ਨੇ ਸਿੱਧਾ ਹਿਸਾਬ ਕਿਤਾਬ ਸਮਝਾ ਦਿੱਤਾ ਸੀ। ਵਾਹ ਬਈ ਵਾਹ, ਇਕਨੋਮਿਕਸ ਦੇ ਵਿਦਿਆਰਥਣ ਤਾਂ ਮੈਂ ਸੀ, ਪਰ ਹਿਸਾਬ ਕਿਤਾਬ ਦੇ ਤਰਕ ਵਿੱਚ ਮੰਮੀ ਦਾ ਕੋਈ ਤੋੜ ਨਹੀਂ ਸੀ। ਮੈਂ ਖੁਸ਼ ਹੋ ਗਈ। ਠੀਕ ਹੈ, ਮੈਂ ਅੱਜ ਹੀ ਇਹਨਾਂ ਨਾਲ ਗੱਲ ਕਰਦੀ ਹਾਂ, ਮੈਂ ਖੁਸ਼ੀ ਖੁਸ਼ੀ ਕਿਹਾ, ਪਰ ਵਿੱਚੋਂ ਹੀ ਗੱਲ ਕੱਟਦਿਆਂ ਬੋਲੀ,
ਆ ਇਹਨਾਂ ਉਹਨਾਂ ਵਾਲੇ ਡਾਇਲੌਗ ਛੱਡ ਅਤੇ ਸਿੱਧਾ ਸਿੱਧਾ ਨਾਂ ਲੈ ਕੇ ਬੁਲਾਇਆ ਕਰ। ਅਤੇ ਹਾਂ, ਉਸ ਦੀ ਸਮਝ ਵਿੱਚ ਜੇਕਰ ਨਾ ਆਵੇ ਤਾਂ ਅਗਲੀ ਵਾਰ ਜਦੋਂ ਤੂੰ ਇੱਥੇ ਆਵੇਂਗੀ ਮੈਂ ਸਮਝਾ ਦੇਵਾਂਗੀ। ਉਸ ਨੂੰ ਪਤਨੀ ਚਾਹੀਦੀ ਆ ਜਾਂ ਉਸਦੇ ਮਾਤਾ ਪਿਤਾ ਦੀ ਸੇਵਾ ਅਤੇ ਬੱਚੇ ਪੈਦਾ ਕਰਨ ਵਾਲੀ ਔਰਤ? ਪਰ ਅੱਜ ਮੈਂ ਮੰਨਦੀ ਹਾਂ ਕਿ ਪਰਿਵਾਰਕ ਸੰਬੰਧਾਂ ਵਿੱਚ ਇਹ ਹਿਸਾਬ ਕੰਮ ਨਹੀਂ ਕਰਦਾ। ਮੇਰੀ ਜ਼ਿੰਦਗੀ ਦਾ ਸਭ ਤੋਂ ਖਰਾਬ ਪੱਖ ਇਹ ਸੀ ਕਿ ਮੈਂ ਕੋਈ ਵੀ ਫੈਸਲਾ ਖੁਦ ਨਹੀਂ ਲੈ ਸਕਦੀ। ਇਸ ਲਈ ਹਰ ਛੋਟੀ ਵੱਡੀ ਗੱਲ ਮੈਂ ਮੰਮੀ ਕੋਲ ਜ਼ਰੂਰ ਕਰਦੀ ਸੀ। ਮੰਮੀ ਨੇ ਮੈਨੂੰ ਇਹ ਪਹਿਲਾਂ ਸਮਝਾ ਦਿੱਤਾ ਕਿ ਘਰ ਵਾਲੇ ਤੋਂ ਕੋਈ ਵੀ ਗੱਲ ਮਨਵਾਉਣੀ ਹੋਵੇ ਤਾਂ ਰਾਤ ਨੂੰ ਉਸ ਤੋਂ ਦੂਰੀ ਬਣਾ ਲਵੀਂ ਅਤੇ ਕੋਲ ਨਾ ਆਉਣ ਦੇਵੀਂ। ਔਰਤ ਦਾ ਸਾਥ ਮਰਦ ਦੀ ਸਭ ਤੋਂ ਵੱਡੀ ਕਮਜ਼ੋਰੀ ਹੁੰਦਾ ਅਤੇ ਇਸੇ ਕਮਜ਼ੋਰੀ ਦਾ ਫਾਇਦਾ ਚੱਕਣਾ ਸਿੱਖ। ਫਿਰ ਕੀ ਸੀ, ਮੈਂ ਸੱਸ ਸਹੁਰੇ ਤੋਂ ਵੀ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਅਣਸੁਣਿਆ ਕਰ ਦਿੰਦੀ। ਫਿਰ ਮੈਨੂੰ ਮੇਰੀ ਇੱਕ ਸਹੇਲੀ ਨੇ ਦੱਸਿਆ ਕਿ ਮੇਰੇ ਹੀ ਸ਼ਹਿਰ ਦੇ ਕੋਲ ਯੂਨੀਵਰਸਿਟੀ ਵਿੱਚ ਲੈਕਚਰਰ ਦੀ ਲੋੜ ਸੀ ਅਤੇ ਮੇਰੀ ਪੜ੍ਹਾਈ ਉਸਦੇ ਹਿਸਾਬ ਨਾਲ ਪੂਰੀ ਸਹੀ ਸੀ। ਮੈਂ ਸ਼ਾਮ ਨੂੰ ਆਪਣੇ ਘਰ ਵਾਲੇ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਕਿ ਉਸ ਯੂਨੀਵਰਸਿਟੀ ਵਿੱਚ ਪਹੁੰਚਣ ਲਈ ਤਾਂ ਘੱਟੋ ਘੱਟ 2 ਘੰਟੇ ਚਾਹੀਦੇ ਆ, ਇੰਨੀ ਦੂਰ ਰੋਜ਼ਾਨਾ ਜਾਣਾ ਬਹੁਤ ਔਖਾ, ਤੇਰਾ ਸਾਰਾ ਦਿਨ ਤਾਂ ਆਉਣ ਜਾਣ ਵਿੱਚ ਹੀ ਲੰਘ ਜਾਇਆ ਕਰੇਗਾ, ਇੰਨੀ ਭੱਜ ਦੌੜ ਦਾ ਕੀ ਫਾਇਦਾ, ਅਤੇ ਫਿਰ ਘਰੇ ਕਦੋਂ ਪਹੁੰਚੇਂਗੀ, ਅਤੇ ਮੰਮੀ ਦੀ ਵੀ ਸਿਹਤ ਠੀਕ ਨਹੀਂ ਰਹਿੰਦੀ। ਫਿਰ ਮੈਨੂੰ ਗੁੱਸਾ ਆਇਆ ਅਤੇ ਮੈਂ ਕਿਹਾ ਕਿ ਤੁਸੀਂ ਤਾਂ ਮੈਨੂੰ ਨੌਕਰ ਸਮਝ ਰੱਖਿਆ, ਪਹਿਲਾਂ ਮੈਂ ਬਾਹਰੋਂ ਸਮਾਨ ਲਿਆਉਂਦੀ ਹਾਂ, ਦੋਨਾਂ ਬਜ਼ੁਰਗਾਂ ਦਾ ਦਵਾ ਦਾਰੂ ਦੇਖਦੀ ਹਾਂ, ਫਿਰ ਉਹਨਾਂ ਦੀ ਸੇਵਾ ਕਰਦੀ ਹਾਂ, ਸਾਰਾ ਦਿਨ ਰਸੋਈ ਵਿੱਚ ਲੱਗੀ ਰਹਾਂ। ਜੇ ਇਸੇ ਤਰ੍ਹਾਂ ਹੀ ਕਰਨਾ ਸੀ ਤਾਂ ਕੋਈ ਪੇਂਡੂ ਕੁੜੀ ਨੂੰ ਵਿਆਹ ਲਿਆਉਂਦੇ ਨਾ, ਮੈਂ ਗੁੱਸੇ ਵਿੱਚ ਬੋਲੀ ਸੀ। ਬਹੁਤ ਦਿਨਾਂ ਤੋਂ ਵੈਸੇ ਵੀ ਮੇਰਾ ਮਨ ਭਰਿਆ ਹੋਇਆ ਸੀ, ਪਰ ਮੇਰੇ ਘਰ ਵਾਲੇ ਨੇ ਮੈਨੂੰ ਸ਼ਾਂਤ ਕਰਦਿਆਂ ਕਿਹਾ ਸੀ ਕਿ ਮੈਂ ਤੈਨੂੰ ਨੌਕਰੀ ਦੇ ਲਈ ਮਨਾ ਨਹੀਂ ਕਰ ਰਿਹਾ, ਪਰ ਇੰਨੀ ਦੂਰ ਜਾਣ ਦਾ ਕੀ ਫਾਇਦਾ, ਮੈਂ ਤਾਂ ਤੇਰੇ ਭਲੇ ਦੀ ਗੱਲ ਕਰ ਰਿਹਾ, ਇਸ ਤੋਂ ਚੰਗਾ ਕਿ ਨੇੜੇ ਕੋਈ ਕੰਮ ਕਰ ਲੈ। ਇੰਨੀ ਵੱਡੀ ਯੂਨੀਵਰਸਿਟੀ ਆ, ਉਸ ਵਿੱਚ ਕੰਮ ਕਰਨ ਦਾ ਮੌਕਾ ਬਹੁਤ ਘੱਟ ਲੋਕਾਂ ਨੂੰ ਹੀ ਮਿਲਦਾ, ਫਿਰ ਉੱਥੇ ਮੇਰਾ ਇੱਕ ਅਲੱਗ ਹੀ ਸਟੇਟਸ ਹੋਵੇਗਾ ਅਤੇ ਤਨਖਾਹ ਵੀ ਬਹੁਤ ਜ਼ਿਆਦਾ ਹੋਵੇਗੀ, ਮੈਂ ਉਸਨੂੰ ਸਮਝਾਇਆ। ਪਰ ਮੈਨੂੰ ਇਹ ਸਮਝ ਵਿੱਚ ਨਹੀਂ ਆਇਆ, ਕਹਿ ਕੇ ਉਸਨੇ ਆਪਣਾ ਫੈਸਲਾ ਸੁਣਾ ਦਿੱਤਾ। ਮੈਂ ਤਾਂ ਸੜ ਭੁੱਜ ਹੀ ਗਈ ਸੀ, ਸਮਝੌਤਾ ਕਰਨਾ ਤਾਂ ਮੰਮੀ ਨੇ ਮੈਨੂੰ ਸਿਖਾਇਆ ਹੀ ਨਹੀਂ ਸੀ, ਅਤੇ ਮੇਰੇ 'ਤੇ ਕੋਈ ਆਪਣਾ ਫੈਸਲਾ ਥੋਪੇ ਇਹ ਮੈਂ ਨਹੀਂ ਸੀ ਸਹਿ ਸਕਦੀ। ਫਿਰ ਇੱਕ ਦਿਨ ਉਹੀ ਹੋਇਆ ਜਿਸ ਦਾ ਮੈਨੂੰ ਅਹਿਸਾਸ ਸੀ, ਮੇਰੀ ਸੱਸ ਗਠੀਏ ਦੇ ਕਾਰਨ ਚੰਗੀ ਤਰ੍ਹਾਂ ਤੁਰ ਫਿਰ ਨਹੀਂ ਸੀ ਸਕਦੀ। ਇੱਕ ਦਿਨ ਤੁਰਦੇ ਤੁਰਦੇ ਉਹ ਤਿਲਕ ਗਈ, ਮੈਂ ਵੀ ਜਾਣ ਬੁੱਝ ਕੇ ਉਸ 'ਤੇ ਕੋਈ ਧਿਆਨ ਨਹੀਂ ਦਿੱਤਾ। ਚਾਹ ਬਣਾਈ ਅਤੇ ਆਪਣੇ ਕਮਰੇ ਨੂੰ ਬੰਦ ਕਰਕੇ ਮੰਮੀ ਨਾਲ ਗੱਲਾਂ ਕਰਦੀ ਰਹੀ। ਵਿੱਚ ਵਾਰ ਮੈਂ ਆਪਣੇ ਸਹੁਰੇ ਦੀਆਂ ਆਵਾਜ਼ਾਂ ਵੀ ਸੁਣੀਆਂ ਜੋ ਕਿ ਸ਼ਾਇਦ ਮੈਨੂੰ ਹੀ ਬੁਲਾ ਰਿਹਾ ਸੀ, ਅਤੇ ਫਿਰ ਮੈਂ ਦਰਵਾਜ਼ੇ 'ਤੇ ਵੀ ਜਾ ਕੇ ਦੇਖਿਆ ਸੀ, ਪਰ ਮੈਂ ਇਹ ਸਭ ਕੁਝ ਜਾਣ ਬੁੱਝ ਕੇ ਅਣਸੁਣਿਆ ਅਤੇ ਅਣਦੇਖਿਆ ਕਰ ਦਿੱਤਾ। ਫਿਰ ਗੱਲਾਂ ਕਰਦੇ ਕਰਦੇ ਕਦੋਂ ਅੱਖ ਲੱਗ ਗਈ ਪਤਾ ਹੀ ਨਹੀਂ ਲੱਗਾ। ਕਾਫੀ ਸਮੇਂ ਬਾਅਦ ਮੈਨੂੰ ਦਰਵਾਜ਼ੇ 'ਤੇ ਜ਼ੋਰ ਜ਼ੋਰ ਦੀ ਆਵਾਜ਼ ਸੁਣੀ, ਮੈਂ ਘਬਰਾ ਕੇ ਉੱਠੀ ਅਤੇ ਦਰਵਾਜ਼ਾ ਖੋਲਦਿਆਂ ਹੀ ਭੜਕ ਪਈ, ਕੀ ਹੋਇਆ, ਆਉਣੀ ਆ, ਕਿਉਂ ਦਰਵਾਜ਼ਾ ਤੋੜਨਾ ਲਿਆ। ਮੈਂ ਦਰਵਾਜ਼ੇ 'ਤੇ ਆਪਣੇ ਪਤੀ ਨੂੰ ਖੜ੍ਹੇ ਦੇਖਿਆ, ਉਹ ਮੈਨੂੰ ਘੂਰਦੇ ਹੋਏ ਕਹਿਣ ਲੱਗੇ, ਅੱਜ ਤਾਂ ਤੂੰ ਹੱਦ ਹੀ ਕਰ ਦਿੱਤੀ,
ਮੰਮੀ ਤਿਲਕ ਕੇ ਹੇਠਾਂ ਡਿੱਗੇ ਪਏ ਆ ਅਤੇ ਤੂੰ ਆਪਣੇ ਕਮਰੇ ਵਿੱਚ ਆਰਾਮ ਫਰਮਾ ਰਹੀ ਹਾਂ। ਇਸ ਤਰ੍ਹਾਂ ਤਾਂ ਕੋਈ ਦੁਸ਼ਮਣਾਂ ਨਾਲ ਨਹੀਂ ਕਰਦਾ। ਮੈਂ ਫਿਰ ਕੀ ਕਰਾਂ, ਕੀ ਮੈਂ ਇਹਨਾਂ ਨੂੰ ਹਸਪਤਾਲ ਲੈ ਕੇ ਜਾਵਾਂ? ਅਤੇ ਫਿਰ ਮੈਂ ਆ ਤਾਂ ਰਹੀ ਸੀ, ਤੁਹਾਨੂੰ ਬੁਲਾਉਣ ਦੀ ਕੀ ਲੋੜ ਸੀ? ਇਹ ਕੀ ਜਿਤਾਉਣਾ ਚਾਹੁੰਦੇ ਆ ਕਿ ਮੈਂ ਤੁਹਾਡੇ ਜਾਣ ਤੋਂ ਬਾਅਦ ਇਹਨਾਂ ਦਾ ਕੋਈ ਧਿਆਨ ਨਹੀਂ ਰੱਖਦੀ? ਮੈਂ ਆਪਣੇ ਆਪ ਨੂੰ ਸਹੀ ਜਿਤਾਉਣ ਦਾ ਭਰਪੂਰ ਯਤਨ ਕੀਤਾ। ਧਿਆਨ ਰੱਖਦੀ ਹੁੰਦੀ ਤਾਂ ਮੈਨੂੰ ਕਿਉਂ ਆਉਣਾ ਪੈਂਦਾ? ਹੁਣ ਤੂੰ ਪਈ ਰਹਿ ਆਪਣੇ ਕਮਰੇ ਵਿੱਚ, ਮੈਂ ਮੰਮੀ ਨੂੰ ਲੈ ਕੇ ਹਸਪਤਾਲ ਜਾ ਰਿਹਾ, ਅਤੇ ਕਰਦੀ ਰਹਿ ਆਪਣੀ ਮੰਮੀ ਨਾਲ ਗੱਲਾਂ। ਉਹ ਬਹੁਤ ਗੁੱਸੇ ਵਿੱਚ ਇਹ ਸਭ ਕਹਿ ਕੇ ਹਸਪਤਾਲ ਚਲੇ ਗਏ। ਸਾਡੀ ਗਰਮਾ ਗਰਮ ਬਹਿਸ ਹੋਈ ਅਤੇ ਮੈਂ ਆਪਣੇ ਕਮਰੇ ਵਿੱਚ ਜਾ ਕੇ ਦਰਵਾਜ਼ਾ ਬੰਦ ਕਰ ਲਿਆ। ਜਦੋਂ ਮੰਮੀ ਨੂੰ ਹਸਪਤਾਲ ਲੈ ਕੇ ਚਲੇ ਗਏ ਤਾਂ ਮੈਂ ਆਪਣੀ ਮੰਮੀ ਨੂੰ ਸਾਰੀ ਆਰਾਮ ਕਹਾਣੀ ਸੁਣਾ ਦਿੱਤੀ ਅਤੇ ਮੰਮੀ ਉੱਚੀ ਉੱਚੀ ਰੋਣ ਲੱਗੀ। ਮੰਮੀ ਨੇ ਸਿੱਧਾ ਉਹੀ ਕੁਝ ਕਿਹਾ ਜੋ ਮੈਂ ਸੁਣਨਾ ਚਾਹੁੰਦੀ ਸੀ। ਮੈਂ ਵਾਪਸ ਆਪਣੇ ਪੇਕੇ ਆਪਣੀ ਮਾਂ ਕੋਲ ਆ ਗਈ। ਬਾਅਦ ਵਿੱਚ ਪਤਾ ਲੱਗਾ ਕਿ ਮੇਰੀ ਸੱਸ ਦੇ ਚੂਲੇ ਦੀ ਹੱਡੀ ਟੁੱਟ ਗਈ ਹੈ। ਇਸ ਸਮੇਂ ਮੈਨੂੰ ਉੱਥੇ ਹੋਣਾ ਚਾਹੀਦਾ ਸੀ, ਪਰ ਮੇਰੇ ਹੰਕਾਰ ਅਤੇ ਜਿੱਦ ਨੇ ਮੈਨੂੰ ਉੱਥੇ ਜਾਣ ਹੀ ਨਹੀਂ ਦਿੱਤਾ। ਮੰਮੀ ਨੇ ਤਾਂ ਸਾਫ਼ ਕਹਿ ਦਿੱਤਾ ਕਿ ਇਹੋ ਜਿਹੇ ਘਰ ਵਿੱਚ ਕੀ ਜਾਣਾ ਜਿੱਥੇ ਇਹ ਲੋਕਾਂ ਦੀ ਦੇਖਭਾਲ ਕਰਦੀ ਰਹੇ, ਜਿੱਥੇ ਮੇਰਾ ਕੋਈ ਵਜੂਦ ਹੀ ਨਹੀਂ ਸੀ। ਤੂੰ ਚਿੰਤਾ ਨਾ ਕਰ ਧੀਏ, ਤੇਰੇ ਲਈ ਕੋਈ ਦੂਜਾ ਵਾਰ ਘਰ ਦੇਖੂੰਗੀ ਅਤੇ ਉਹਨਾਂ ਨੂੰ ਵੀ ਮੈਂ ਚੰਗੀ ਤਰ੍ਹਾਂ ਦੇਖ ਲੂੰ। ਮੈਂ ਜਾਣਦੀ ਹਾਂ ਉਹਨਾਂ ਨਾਲ ਕਿਵੇਂ ਨਿਪਟਣਾ। ਮੈਨੂੰ ਬਦਕਿਸਮਤ ਨੂੰ ਬਹੁਤ ਦੇਰ ਬਾਅਦ ਪਤਾ ਲੱਗਾ ਸੀ ਕਿ ਮੇਰੇ ਘਰ ਵਾਲੇ ਨੇ ਮੇਰੇ ਨਾਲ ਕਈ ਵਾਰ ਗੱਲਬਾਤ ਕਰਨ ਦੀ, ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਮੰਮੀ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਉਸ ਨੂੰ ਹੀ ਬੇਇੱਜ਼ਤ ਕੀਤਾ ਸੀ। ਫਿਰ ਨਾ ਕਦੇ ਉਹਨਾਂ ਨੇ ਬੁਲਾਇਆ, ਨਾ ਮੇਰਾ ਘਰ ਵਾਲਾ ਆਇਆ, ਅਤੇ ਮੈਂ ਤਾਂ ਉੱਥੇ ਜਾਣਾ ਹੀ ਕੀ ਸੀ। ਕਾਸ਼ ਮੈਂ ਉੱਥੇ ਚਲੀ ਜਾਂਦੀ। ਉਸ ਸਮੇਂ ਉਹਨਾਂ ਦੇ ਨਾਲ ਘਰ ਸੰਸਾਰ ਵਿੱਚ ਆਪਣੀ ਇੱਕ ਜਗ੍ਹਾ ਬਣਾ ਲੈਂਦੀ ਤਾਂ ਉਮਰ ਦੇ ਇਸ ਪੜਾਅ 'ਤੇ ਦੁਖੀ ਅਤੇ ਬੇਇੱਜ਼ਤ ਹੋ ਕੇ ਜੀਵਨ ਨਾ ਜਿਉਣਾ ਪੈਂਦਾ। ਇਹ ਵਿਆਹ 3 ਮਹੀਨੇ ਵੀ ਨਹੀਂ ਸੀ ਚੱਲਿਆ ਅਤੇ ਅਸੀਂ ਅਲੱਗ ਹੋ ਗਏ। ਉਹ ਤਾਂ ਹੋਣਾ ਹੀ ਸੀ। ਪਾਪਾ ਨੂੰ ਇਸ ਗੱਲ ਦਾ ਬਹੁਤ ਦਿਨਾਂ ਬਾਅਦ ਪਤਾ ਲੱਗਾ। ਉਹ ਤਾਂ ਚਾਹੁੰਦੇ ਸੀ ਕਿ ਮੈਂ ਵਾਪਸ ਚਲੀ ਜਾਵਾਂ, ਪਰ ਮੇਰੀ ਜਿੱਦ ਅਤੇ ਹੰਕਾਰ ਮੂਹਰੇ ਆ ਗਿਆ ਸੀ ਅਤੇ ਉੱਪਰੋਂ ਮੰਮੀ ਦਾ ਇੰਨਾ ਗੁੱਸੇ ਵਾਲਾ ਰੂਪ। ਆਪਣੀ ਇੱਜ਼ਤ ਬਚਾਉਣ ਦੇ ਲਈ ਮੰਮੀ ਨੇ ਆਂਢੀਆਂ ਗੁਆਂਢੀਆਂ ਅਤੇ ਮਿਲਣ ਵਾਲਿਆਂ ਨੂੰ ਝੂਠੀਆਂ ਕਹਾਣੀਆਂ ਸੁਣਾਈਆਂ ਅਤੇ ਉਹ ਸਾਰੇ ਮੰਮੀ ਦੀਆਂ ਹੀ ਗੱਲਾਂ ਦਾ ਵਿਸ਼ਵਾਸ ਕਰਨ ਲੱਗੇ। ਧੋਖੇਬਾਜ਼, ਦਰਿੰਦਾ, ਜੰਗਲੀ, ਦਾਜ ਦੇ ਲਾਲਚੀ ਅਤੇ ਗੁੱਸੇ ਵਾਲੇ ਸੁਭਾਅ ਵਾਲਾ ਅਤੇ ਹੋਰ ਪਤਾ ਹੀ ਨਹੀਂ ਕੀ ਉਸਨੂੰ ਬੁਰਾ ਬਣਾਉਣ ਲਈ ਕਿਹਾ ਗਿਆ। ਮੈਂ ਸਭ ਸੁਣਦੀ ਅਤੇ ਮੰਮੀ ਦੀਆਂ ਗੱਲਾਂ ਨੂੰ ਨਮਕ ਮਿਰਚ ਲਗਾ ਕੇ ਲੋਕਾਂ ਨੂੰ ਦੱਸਦੀ। ਤਲਾਕ ਤੋਂ ਬਾਅਦ ਮੈਂ ਮੰਮੀ ਦੇ ਘਰ ਆ ਗਈ ਅਤੇ ਇੱਥੇ ਇੱਕ ਪਬਲਿਕ ਸਕੂਲ ਵਿੱਚ ਪੜ੍ਹਾਉਣ ਲੱਗੀ। ਘਰ ਰਹਿੰਦੇ ਮੰਮੀ ਨੇ ਮੈਨੂੰ ਇਹ ਵੀ ਘੋਲ ਕੇ ਪਿਆ ਦਿੱਤਾ ਸੀ ਕਿ ਜੇਕਰ ਭਰਾ ਭਾਬੀ ਇੱਕ ਹੋ ਗਏ ਤਾਂ ਉਹ ਸਾਡੀ ਇੱਜ਼ਤ ਕਰਨਾ ਬੰਦ ਕਰ ਦੇਣਗੇ ਅਤੇ ਢਲਦੀ ਉਮਰ ਵਿੱਚ ਕੋਈ ਉਹਨਾਂ ਨੂੰ ਸਹਾਰਾ ਦੇਣ ਵਾਲਾ ਵੀ ਨਹੀਂ ਮਿਲਣਾ। ਮੈਂ ਰੋਜ਼ ਭਾਬੀ ਨੂੰ ਕਿਸੇ ਨਾ ਕਿਸੇ ਗੱਲ 'ਤੇ ਨੀਵਾਂ ਦਿਖਾਉਣ ਦੀ ਤਾਕ ਵਿੱਚ ਰਹਿੰਦੀ ਸੀ। ਕਦੇ ਜਾਣ ਬੁੱਝ ਕੇ ਦਾਲ ਵਿੱਚ ਨਮਕ ਜ਼ਿਆਦਾ ਪਾ ਦਿੰਦੀ ਅਤੇ ਕਦੇ ਭਰਾ ਦੇ ਪੈਸੇ ਲੁਕੋ ਦਿੰਦੀ। ਭਾਬੀ ਸ਼ਾਹੀ ਦੇ ਸਭ ਕੁਝ ਜਾਣਦੀ ਸੀ ਪਰ ਬੋਲਦੀ ਕੁਝ ਨਹੀਂ ਸੀ। ਉਹ ਜਾਣਦੀ ਸੀ ਕਿ ਉਹ ਕੁਝ ਵੀ ਬੋਲੂਗੀ ਤਾਂ ਮੰਮੀ ਨੇ ਸਾਰਾ ਘਰ ਸਿਰ 'ਤੇ ਚੱਕ ਲੈਣਾ। ਇੱਕ ਦਿਨ ਉਹੀ ਹੋਇਆ ਜੋ ਨਹੀਂ ਸੀ ਹੋਣਾ ਚਾਹੀਦਾ। ਸਵੇਰੇ ਸਵੇਰੇ ਮੇਰੇ ਕੋਲ ਆ ਕੇ ਭਰਾ ਨੇ ਕਿਹਾ, ਮੇਰੀ ਪੈਂਟ ਤੂੰ ਮਸ਼ੀਨ ਵਿੱਚ ਪਾਈ ਆ? ਕਿਹੜੀ ਪੈਂਟ?
ਮੈਂ ਅਣਜਾਣ ਬਣਦੇ ਹੋਏ ਕਿਹਾ। ਦਰਅਸਲ ਜਦੋਂ ਮੈਂ ਨਹਾਉਣ ਗਈ ਸੀ ਤਾਂ ਦਰਵਾਜ਼ੇ ਦੇ ਪਿੱਛੇ ਪੈਂਟ ਟੰਗੀ ਹੋਈ ਦੇਖੀ ਅਤੇ ਮੈਨੂੰ ਸ਼ਰਾਰਤ ਸੁੱਜੀ ਸੀ। ਉਸਦੀ ਪੈਂਟ ਵਿੱਚ ਪੈਸੇ ਦੇਖ ਕੇ ਮੈਂ ਉਸਨੂੰ ਮਸ਼ੀਨ ਵਿੱਚ ਪਾ ਦਿੱਤਾ। ਮੈਂ ਸੋਚਿਆ ਸੀ ਕਿ ਭਰਾ ਨੂੰ ਜਦੋਂ ਪਤਾ ਲੱਗਾ ਤਾਂ ਭਾਬੀ ਦੀ ਲਾਪਰਵਾਹੀ 'ਤੇ ਉਸਨੂੰ ਉਹ ਜ਼ਰੂਰ ਲੜੂ। ਉਹੀ ਪੈਂਟ ਜੋ ਬਾਥਰੂਮ ਵਿੱਚ ਦਰਵਾਜ਼ੇ ਦੇ ਪਿੱਛੇ ਟੰਗੀ ਸੀ, ਤੂੰ ਨਹੀਂ ਜਾਣਦੀ? ਤੂੰ ਨਹੀਂ ਜਾਣਦੀ ਅੱਜ ਮੇਰਾ ਕਿੰਨਾ ਵੱਡਾ ਨੁਕਸਾਨ ਕੀਤਾ ਤੂੰ? ਗੁੱਸੇ ਨਾਲ ਲਾਲ ਪੀਲਾ ਹੋਇਆ ਭਰਾ ਫਿਰ ਕਹਿਣ ਲੱਗਾ, ਰਾਤ ਨੂੰ ਹੀ ਮੈਂ ਤੇਰੀ ਭਾਬੀ ਨੂੰ ਦੱਸਿਆ ਸੀ ਕਿ ਪੈਂਟ ਦੀ ਜੇਬ ਵਿੱਚੋਂ ਚੈੱਕ ਕੱਢ ਲਵੀਂ। ਉਸਦਾ ਹੁਣੇ ਹੁਣੇ ਫੋਨ ਆਇਆ ਸੀ ਕਿ ਉਹ ਚੈੱਕ ਕੱਢਣਾ ਭੁੱਲ ਗਈ ਆ ਅਤੇ ਪੈਂਟ ਦਰਵਾਜ਼ੇ ਦੇ ਪਿੱਛੇ ਹੀ ਟੰਗੀ ਆ, ਤੁਸੀਂ ਚੈੱਕ ਸੰਭਾਲ ਲਿਓ। ਅਤੇ ਤੂੰ ਕਹਿੰਦੀ ਹੈ ਕਿਹੜੀ ਪੈਂਟ? ਅਤੇ ਤੂੰ ਕਦੋਂ ਤੋਂ ਕੱਪੜੇ ਧੋਣੇ ਸ਼ੁਰੂ ਕਰ ਦਿੱਤੇ? ਸ਼ਰਮ ਆਉਣੀ ਚਾਹੀਦੀ ਹੈ ਤੈਨੂੰ, ਸਿੱਧਾ ਮੇਰੇ 'ਤੇ ਇਲਜ਼ਾਮ ਲਗਾ ਰਿਹਾ। ਮੈਂ ਕਿਉਂ ਕੱਪੜੇ ਮਸ਼ੀਨ ਵਿੱਚ ਪਾਵਾਂਗੀ? ਕੱਪੜੇ ਧੋਣਾ ਤਾਂ ਭਾਬੀ ਦਾ ਕੰਮ ਹੈ ਨਾ। ਤਾਂ ਫਿਰ ਮੇਰੀ ਪੈਂਟ ਮਸ਼ੀਨ ਵਿੱਚ ਕਿਵੇਂ ਪਹੁੰਚੀ? ਉਹ ਆਪੇ ਤੋਂ ਬਾਹਰ ਹੋ ਗਿਆ ਸੀ। ਤੇਰੇ ਤੋਂ ਤੇਰਾ ਘਰ ਤਾਂ ਸੰਭਾਲਿਆ ਨਹੀਂ ਗਿਆ, ਹੁਣ ਇਸ ਘਰ ਵਿੱਚ ਆ ਗਈ ਅੱਗ ਲਾਉਣ ਲਈ? ਕੀ ਮੈਂ ਤੇਰੇ ਹਾਵ ਭਾਵ ਨੂੰ ਨਹੀਂ ਜਾਣਦਾ? ਉਹ ਗੁੱਸੇ ਵਿੱਚ ਹੋਰ ਵੀ ਪਤਾ ਨਹੀਂ ਕੀ ਬੋਲਦਾ। ਉਦੋਂ ਤੱਕ ਮੰਮੀ ਆ ਗਈ ਸੀ। ਕੀ ਹੋਇਆ, ਕਿਉਂ ਰੌਲਾ ਪਾਇਆ? ਮੰਮੀ ਤੁਸੀਂ ਵਿੱਚ ਨਾ ਬੋਲੋ ਤਾਂ ਚੰਗਾ, ਸਵੇਰੇ ਸ਼ਾਮ ਮੈਂ ਤੁਹਾਡੀਆਂ ਸ਼ਿਕਾਇਤਾਂ ਅਤੇ ਤਾਨੇ ਸੁਣਦਾ ਰਹਿੰਦਾ। ਦੀਦੀ ਨੂੰ ਵੀ ਤੁਸੀਂ ਲਿਆ ਕੇ ਇਸ ਘਰ ਵਿੱਚ ਬਿਠਾ ਦਿੱਤਾ, ਉਸਦੇ ਲਈ ਕੋਈ ਨਾ ਕੋਈ ਚੰਗਾ ਘਰ ਦੇਖੋ ਅਤੇ ਵਿਦਾ ਕਰੋ। ਕਹਿ ਕੇ ਉਹ ਮਸ਼ੀਨ ਵਿੱਚੋਂ ਆਪਣੀ ਪੈਂਟ ਕੱਢਣ ਲੱਗਾ ਅਤੇ ਫਿਰ ਵਾਪਸ ਆ ਕੇ ਕਹਿਣ ਲੱਗਾ, ਜਾਣਦੀ ਹੈ ਤੂੰ ਮੈਂ ਪਾਪਾ ਦੇ ਪੁਰਾਣੇ ਸ਼ੇਅਰ ਬੜੀ ਮੁਸ਼ਕਲ ਨਾਲ ਵੇਚ ਕੇ 40,000 ਰੁਪਏ ਦਾ ਚੈੱਕ ਲਿਆ ਸੀ। ਹੁਣ ਕੀ ਕਹੂੰਗਾ ਪਾਪਾ ਨੂੰ? ਚੈੱਕ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਿਆ ਸੀ। ਉਹ ਗੁੱਸੇ ਵਿੱਚ ਖਾਣਾ ਵੀ ਛੱਡ ਕੇ ਆਪਣੇ ਦਫ਼ਤਰ ਚਲਾ ਗਿਆ ਸੀ। ਭਰਾ ਦੇ ਗੁੱਸੇ ਕਾਰਨ ਘਰ ਵਿੱਚ ਇੱਕ ਡੂੰਘੀ ਚੁੱਪ ਛਾ ਗਈ ਸੀ। ਇਸ ਤੋਂ ਬਾਅਦ ਸਾਡੇ ਘਰ ਵਿੱਚ ਕਈ ਦਿਨਾਂ ਤੱਕ ਇਸੇ ਤਰ੍ਹਾਂ ਚੁੱਪ ਪਸਰੀ ਰਹੀ। ਚੰਗਾ ਬੁਰਾ ਸੋਚਣ ਦੀ ਸ਼ਕਤੀ ਤਾਂ ਸਮਾਪਤ ਹੀ ਹੋ ਗਈ ਸੀ ਮੇਰੀ। ਮੈਨੂੰ ਪਤਾ ਹੀ ਨਹੀਂ ਸੀ ਲੱਗਾ ਕਿ ਮੇਰੇ ਅੰਦਰ ਕਿੰਨਾ ਜ਼ਹਿਰ ਭਰਿਆ। ਭਾਬੀ ਸਵੇਰੇ ਘਰ ਦਾ ਕੰਮ ਨਿਬੇੜ ਕੇ 8 ਵਜੇ ਤੱਕ ਸਕੂਲ ਚਲੀ ਜਾਂਦੀ ਅਤੇ ਮੈਂ 10 ਵਜੇ ਤੱਕ। ਘਰ ਦਾ ਖਾਣਾ ਪੀਣਾ ਭਾਬੀ ਹੀ ਬਣਾਉਂਦੀ ਸੀ ਅਤੇ ਸ਼ਾਮ ਨੂੰ 4 ਵਜੇ ਤੱਕ ਆ ਕੇ ਬਾਕੀ ਦਾ ਕੰਮ ਵੀ ਉਹੀ ਕਰਦੀ। ਮੈਂ ਤਾਂ ਡੱਕਾ ਬੰਨ ਕੇ ਦੂਰਾਂ ਨਹੀਂ ਕਰਦੀ, ਸਗੋਂ ਉਸਦੇ ਕੰਮ ਵਧਾਉਣ ਅਤੇ ਉਸਨੂੰ ਬੇਇੱਜ਼ਤ ਕਰਨ ਦੇ ਤਰੀਕੇ ਲੱਭਣ ਵਿੱਚ ਮੇਰਾ ਵਿਹਲਾ ਸਮਾਂ ਲੰਘਦਾ ਸੀ। ਪਰ ਇਸ ਸਭ ਦਾ ਅਹਿਸਾਸ ਮੈਨੂੰ ਉਦੋਂ ਕਿਉਂ ਨਹੀਂ ਹੋਇਆ? ਅੱਜ ਲੱਗਦਾ ਜੋ ਮੇਰਾ ਸੀ ਮੈਂ ਉਸਨੂੰ ਨਕਾਰ ਦਿੱਤਾ ਅਤੇ ਜੋ ਅਪਣਾਇਆ ਉਹਨਾਂ ਨੇ ਮੇਰੇ ਤੋਂ ਕਿਨਾਰਾ ਕਰ ਲਿਆ। ਮੈਨੂੰ ਫਿਰ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਨੌਕਰੀ ਮਿਲ ਗਈ ਅਤੇ ਮੈਂ ਬਿਨਾਂ ਕਿਸੇ ਦੀ ਸਲਾਹ ਲਈ ਉੱਥੇ ਚਲੀ ਗਈ। ਜਦੋਂ ਵੀ ਕੋਈ ਦਿਨ ਤਿਉਹਾਰ ਹੁੰਦਾ ਤਾਂ ਮੈਂ ਘਰ ਆ ਜਾਂਦੀ। ਪਾਪਾ ਅਤੇ ਭਰਾ ਮੇਰੇ ਲਈ ਦਬਾਅ ਪਾਉਂਦੇ ਰਹੇ ਵਿਆਹ ਲਈ। ਉਹ ਕੋਈ ਨਾ ਕੋਈ ਰਿਸ਼ਤਾ ਲੱਭ ਕੇ ਲਿਆਉਂਦੇ, ਮੈਨੂੰ ਬੁਲਾਉਂਦੇ, ਪਰ ਮੰਮੀ ਉਸ ਵਿੱਚ ਕਈ ਕਮਜ਼ੋਰੀਆਂ ਕੱਢ ਕੇ ਮੈਨੂੰ ਹੋਰ ਚੰਗੇ ਰਿਸ਼ਤੇ ਮਿਲਣ ਦੇ ਦਿਲਾਸੇ ਦਿੰਦੀ ਰਹਿੰਦੀ। ਉਹਨਾਂ ਵਿੱਚੋਂ ਕਈ ਰਿਸ਼ਤੇ ਵਿਦੇਸ਼ਾਂ ਵਿੱਚੋਂ ਵੀ ਆਏ, ਕਈ ਵੱਡੇ ਸ਼ਹਿਰਾਂ ਵਿੱਚੋਂ ਵੀ ਸੀ। ਪਰ ਮੈਂ ਵੀ ਹਰ ਵਾਰ ਜਿੱਦ 'ਤੇ ਆ ਕੇ ਆਪਣੇ ਹੀ ਸ਼ਹਿਰ ਦੇ ਆਲੇ ਦੁਆਲੇ ਕੋਈ ਘਰ ਲੱਭਣ ਤੱਕ ਹੀ ਸੀਮਤ ਰਹੀ, ਕਿਉਂਕਿ ਮੈਂ ਉਹ ਨੌਕਰੀ ਛੱਡਣਾ ਨਹੀਂ ਚਾਹੁੰਦੀ ਸੀ। ਯੂਨੀਵਰਸਿਟੀ ਦਾ ਤਾਂ ਨਾਂ ਵੀ ਬਹੁਤ ਵੱਡਾ ਹੁੰਦਾ ਅਤੇ ਫਿਰ ਉਹਨਾਂ ਨੇ ਮੈਨੂੰ ਰਹਿਣ ਲਈ ਜਗ੍ਹਾ ਵੀ ਤਾਂ ਦਿੱਤੀ ਹੋਈ ਸੀ। ਦੇਖਣ ਨੂੰ ਵੀ ਮੈਂ ਖੂਬਸੂਰਤ ਸੀ, ਪੜ੍ਹੀ ਲਿਖੀ, ਚੰਗੀ ਨੌਕਰੀ ਕਰਦੀ ਸੀ, ਉਮਰ ਵੀ ਜ਼ਿਆਦਾ ਨਹੀਂ ਸੀ।
ਪਰ ਇਸ ਸਭ ਦੇ ਬਾਵਜੂਦ ਵੀ ਕਿਤੇ ਗੱਲ ਪੱਕੀ ਨਹੀਂ ਸੀ ਹੋ ਰਹੀ। ਕੁਝ ਮੰਮੀ ਦੀ ਕਸੌਟੀ ਤੇ ਖਰੇ ਨਹੀਂ ਉਤਰੇ ਤੇ ਕੁਝ ਨੂੰ ਮੈਂ ਮਨਾ ਕਰ ਦਿੱਤਾ ਸੀ ਤੇ ਬਾਕੀ ਜੋ ਕਸਰ ਬਚੀ ਸੀ ਉਹ ਤਲਾਕਸ਼ੁਦਾ ਦੇ ਠੱਪੇ ਨੇ ਪੂਰੀ ਕਰ ਦਿੱਤੀ ਸੀ। ਮੈਂ ਜ਼ਿੰਦਗੀ ਤੋਂ ਸਿੱਖਿਆ ਤਾਂ ਬਹੁਤ ਕੁਝ, ਪਰ ਔਰਤਾਂ ਦੇ ਲਈ ਜੋ ਸਭ ਤੋਂ ਵੱਡੀ ਗੱਲ ਸਿੱਖਣ ਵਾਲੀ ਹੁੰਦੀ ਹੈ ਉਹ ਹੈ ਮਾਫ਼ੀ। ਉਹ ਮੈਂ ਸਿੱਖੀ ਨਹੀਂ ਸੀ। ਦਿਨ ਬੀਤਦੇ ਗਏ, ਪਾਪਾ ਵੀ ਰਿਟਾਇਰ ਹੋ ਕੇ ਘਰੇ ਆ ਗਏ। ਮੇਰੀ ਉਮਰ ਵੀ 45 ਤੋਂ ਪਾਰ ਹੋ ਚੱਲੀ ਸੀ। ਹੁਣ ਜਾਂ ਤਾਂ ਕੋਈ ਤਲਾਕਸ਼ੁਦਾ ਮਿਲਦਾ ਜਿਸ ਦੇ 1-2 ਬੱਚੇ ਹੁੰਦੇ, ਜਾਂ ਫਿਰ ਕੋਈ ਅਜਿਹਾ ਜਿਸ ਦੀ ਪਤਨੀ ਮਰ ਚੁੱਕੀ ਹੁੰਦੀ ਸੀ। ਹੌਲੀ ਹੌਲੀ ਸਭ ਨੇ ਆਪਣੇ ਫਰਜ਼ਾਂ ਤੋਂ ਕਿਨਾਰਾ ਕਰ ਲਿਆ ਅਤੇ ਘਰੇ ਗੱਲ ਹੋਣੀ ਵੀ ਲਗਭਗ ਬੰਦ ਹੀ ਹੋ ਗਈ ਸੀ। ਇੱਕ ਵਾਰ ਛੁੱਟੀਆਂ ਵਿੱਚ ਜਦੋਂ ਮੈਂ ਘਰੇ ਆਈ ਸੀ ਤਾਂ ਭਾਬੀ ਨੇ ਮੇਰਾ ਚੰਗਾ ਮੂਡ ਦੇਖ ਕੇ ਕਿਹਾ ਸੀ, ਦੀਦੀ ਇੱਕ ਗੱਲ ਕਹਾਂ ਤੁਹਾਨੂੰ, ਬੁਰੀ ਲੱਗੇ ਤਾਂ ਮਨ 'ਚੋਂ ਕੱਢ ਦਿਓ। ਉਸ ਦੀ ਗੱਲ ਵਿੱਚੋਂ ਹੀ ਕੱਟਦਿਆਂ ਮੈਂ ਮੂੰਹ ਬਣਾਉਂਦਿਆਂ ਕਿਹਾ, ਤੂੰ ਜੋ ਬੋਲੇਂਗੀ ਪੁੱਠਾ ਹੀ ਬੋਲੇਂਗੀ, ਫਿਰ ਵੀ ਕਹਿ ਦੇ ਜੋ ਤੇਰੇ ਮਨ ਵਿੱਚ ਹੈ। ਸਾਰੇ ਪਰਿਵਾਰ ਵਾਲੇ ਕੋਲ ਹੀ ਬੈਠੇ ਸਨ। ਫਿਰ ਰਹਿਣ ਦਿਓ, ਇੰਨਾ ਕਹਿ ਕੇ ਉਹ ਚੁੱਪ ਹੋ ਗਈ। ਭਰਾ ਨੇ ਭਾਬੀ ਵੱਲ ਵੇਖ ਕੇ ਕਿਹਾ, ਹੁਣ ਕਹਿ ਵੀ ਦੇਣਾ, ਗੱਲ ਤਾਂ ਪੂਰੀ ਕਰ ਲੈ। ਉਸਨੇ ਡਰਦਿਆਂ ਡਰਦਿਆਂ ਫਿਰ ਬੋਲਣਾ ਸ਼ੁਰੂ ਕੀਤਾ, ਮੈਂ ਤਾਂ ਇਹ ਕਹਿ ਰਹੀ ਸੀ ਕਿ ਹੁਣ ਇਸ ਉਮਰ ਵਿੱਚ ਜ਼ਿੰਦਗੀ ਨਾਲ ਸਮਝੌਤਾ ਕਰ ਲਵੋ, ਜਿੱਥੇ ਜਿਹੋ ਜਿਹਾ ਵੀ ਇਨਸਾਨ ਮਿਲੇ, ਮੇਰਾ ਮਤਲਬ ਜੋ ਤੁਹਾਨੂੰ ਤੁਹਾਡੇ ਲਾਇਕ ਲੱਗੇ, ਜੋ ਚੰਗਾ ਹੋਵੇ। ਅੱਛਾ, ਹੁਣ ਬਸ ਤੂੰ ਹੀ ਰਹਿ ਗਈ ਹੈ ਮੈਨੂੰ ਪੜ੍ਹਾਉਣ ਦੇ ਲਈ। ਤੂੰ ਚਿੰਤਾ ਨਾ ਕਰ, ਮੈਂ ਇਕੱਲੀ ਜ਼ਿੰਦਗੀ ਕੱਟ ਲਵਾਂਗੀ ਪਰ ਤੇਰੇ 'ਤੇ ਬੋਝ ਨਹੀਂ ਬਣਦੀ। ਤੇਰਾ ਘਰ ਤੈਨੂੰ ਮੁਬਾਰਕ ਹੋਵੇ। ਮੈਂ ਉਸਦੀ ਗੱਲ ਦੁਬਾਰਾ ਫਿਰ ਪੂਰੀ ਨਹੀਂ ਸੀ ਹੋਣ ਦਿੱਤੀ। ਭਰਾ ਦਾ ਬੇਟਾ ਜੋ ਉਦੋਂ 15 ਸਾਲ ਦਾ ਹੋ ਚੁੱਕਿਆ ਸੀ, ਮੇਰੇ ਇਸ ਗੁੱਸੇ ਵਾਲੇ ਵਿਹਾਰ ਨੂੰ ਦੇਖ ਕੇ ਕਹਿਣ ਲੱਗਾ, ਭੂਆ ਤੁਸੀਂ ਵੀ ਤਾਂ ਕਦੇ ਸਿੱਧੇ ਮੂੰਹ ਗੱਲ ਨਹੀਂ ਕਰਦੇ, ਹਮੇਸ਼ਾ ਮੰਮੀ ਨਾਲ ਗੁੱਸਾ ਕਰਦੇ ਰਹਿੰਦੇ ਹੋ ਅਤੇ ਗੁੱਸਾ ਤਾਂ ਤੁਹਾਡੇ ਨੱਕ 'ਤੇ ਚੜਿਆ ਰਹਿੰਦਾ। ਭਰਾ ਅਤੇ ਭਾਬੀ ਦੋਨੇ ਹੀ ਖੜ੍ਹੇ ਹੋ ਗਏ ਸੀ ਅਤੇ ਉਸਨੂੰ ਝਿੜਕਣ ਲੱਗੇ ਕਿ ਭੂਆ ਨਾਲ ਕੋਈ ਇਸ ਤਰ੍ਹਾਂ ਗੱਲ ਕਰਦਾ, ਮਾਫ਼ੀ ਮੰਗ ਆਪਣੀ ਭੂਆ ਕੋਲੋਂ। ਅਤੇ ਉਹ ਵੀ ਅੱਗੋਂ ਗੁੱਸੇ ਵਿੱਚ ਹੀ ਬੋਲਿਆ ਸੀ, ਪਹਿਲਾਂ ਉਹਨਾਂ ਨੂੰ ਕਹੋ ਕਿ ਉਹ ਤੁਹਾਡੇ ਤੋਂ ਮਾਫ਼ੀ ਮੰਗਣ। ਉਹ ਬੜਬੜ ਕਰਦਾ ਹੋਇਆ ਉੱਥੋਂ ਬਾਹਰ ਚਲਾ ਗਿਆ। ਮੈਂ ਗੁੱਸੇ ਵਿੱਚ ਉਬਲਣ ਲੱਗੀ ਸੀ। ਹੁਣ ਇਹੀ ਹਾਲਤ ਹੋ ਗਈ ਸੀ ਮੇਰੀ ਇਸ ਘਰ ਵਿੱਚ। ਮੈਂ ਵੀ ਉੱਠ ਕੇ ਆਪਣਾ ਸਮਾਨ ਸਮੇਟਣ ਲੱਗੀ। ਅੱਜ ਸੋਚਦੀ ਹਾਂ ਜਿਹੜੀ ਗੱਲ ਭਾਬੀ ਕਹਿ ਰਹੀ ਸੀ ਠੀਕ ਹੀ ਤਾਂ ਕਹਿ ਰਹੀ ਸੀ। ਸਮਾਂ ਰਹਿੰਦੇ ਆਪਣੇ ਆਪ ਨਾਲ ਸਮਝੌਤਾ ਕਰ ਲੈਂਦੀ ਤਾਂ ਅੱਜ ਇਸ ਤਰ੍ਹਾਂ ਕਿਸੇ ਦੇ ਕੋਲ ਬੇਸਹਾਰਾ ਲਾਚਾਰ ਬਣ ਕੇ ਮੈਨੂੰ ਜ਼ਿੰਦਗੀ ਨਾ ਕੱਟਣੀ ਪੈਂਦੀ। ਮੈਨੂੰ ਕੀ ਪਤਾ ਸੀ ਕਿ ਉਹ ਕੌੜੇ ਬੋਲ ਮੈਨੂੰ ਇਸ ਤਰ੍ਹਾਂ ਮਹਿੰਗੇ ਪੈਣਗੇ ਕਿ ਭਾਬੀ ਦੇ ਕੋਲ ਹੀ ਉਸ 'ਤੇ ਬੋਝ ਬਣ ਕੇ ਜ਼ਿੰਦਗੀ ਕੱਟਣੀ ਪਵੇਗੀ। ਸਮਾਂ ਕਦੋਂ ਕਿਸ ਪਾਸੇ ਨੂੰ ਪਲਟਾ ਖਾ ਜਾਵੇ ਕੋਈ ਨਹੀਂ ਜਾਣਦਾ। ਮੈਂ ਆਪਣੇ ਝੂਠੇ ਅਤੇ ਹੰਕਾਰੀ ਸੁਭਾਅ ਵਿੱਚ ਹੀ ਜਿਉਂਦੀ ਰਹੀ। ਜਿਉਂਦੀ ਕਿੱਥੇ, ਜਿਉਂਦੀ ਘੱਟ ਮਰੀ ਜ਼ਿਆਦਾ। ਮੈਂ ਸਮੇਂ ਦੀ ਤਾਕਤ ਨੂੰ ਭੁੱਲ ਕੇ ਆਪਣੇ ਹੀ ਹੱਥਾਂ ਨਾਲ ਆਪਣਾ ਸੱਤਿਆਨਾਸ਼ ਕਰ ਲਿਆ ਸੀ। ਪਰ ਹੁਣ ਦੁੱਖੜਾ ਰੋਵਾਂ ਵੀ ਤਾਂ ਕਿਸ ਕੋਲ। ਵਕਤ ਦੇ ਨਾਲ ਮੰਮੀ ਪਾਪਾ ਦੀ ਸਿਹਤ ਵੀ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਸੀ। ਇੱਕ ਰੂਟੀਨ ਚੈੱਕਅਪ ਦੇ ਦੌਰਾਨ ਪਤਾ ਲੱਗਾ ਕਿ ਮੰਮੀ ਨੂੰ ਕੈਂਸਰ ਹੈ, ਉਹ ਵੀ ਆਖਰੀ ਸਟੇਜ 'ਤੇ। ਫਿਰ ਕੀ ਸੀ, ਮੈਂ ਛੁੱਟੀ ਲੈ ਕੇ ਘਰੇ ਆ ਗਈ ਅਤੇ ਛੇਤੀ ਛੇਤੀ ਮੰਮੀ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ। ਫਿਰ ਉੱਥੋਂ ਮੰਮੀ ਦਾ ਵਜੂਦ ਕਦੇ ਵੀ ਵਾਪਸ ਨਾ ਆਇਆ। ਪਾਪਾ ਇਸ ਸਦਮੇ ਵਿੱਚੋਂ ਕਦੇ ਬਾਹਰ ਨਹੀਂ ਆ ਸਕੇ। ਸਾਰੀ ਉਮਰ ਤਾਂ ਉਹ ਉਹਨਾਂ ਤੋਂ ਦੂਰ ਰਹੇ ਸੀ।
ਜਦੋਂ ਕੋਲ ਰਹਿਣ ਦਾ ਸਮਾਂ ਆਇਆ ਤਾਂ ਮੰਮੀ ਦੂਰ ਚਲੇ ਗਏ ਅਤੇ ਫਿਰ ਉਹ ਇੱਕ ਰਾਤ ਅਜਿਹਾ ਸੁੱਤੇ ਕਿ ਕਦੇ ਨਾ ਉੱਠੇ। ਮੇਰੇ ਲਈ ਤਾਂ ਜਿਵੇਂ ਸਭ ਸਹਾਰੇ ਹੀ ਬੰਦ ਹੋ ਗਏ। ਮੈਂ ਵਾਪਸ ਆ ਗਈ ਅਤੇ ਕਿਸੇ ਤਰ੍ਹਾਂ ਆਪਣੀ ਜ਼ਿੰਦਗੀ ਘੜੀਸਦੀ ਰਹੀ। ਮੈਨੂੰ ਉਹਨਾਂ ਦੋਨਾਂ ਦੀ ਮੌਤ ਦਾ ਇੰਨਾ ਸਦਮਾ ਲੱਗਾ ਕਿ ਮੈਂ ਇੱਕਦਮ ਚੁੱਪ ਹੋ ਗਈ। ਨਾ ਕਾਲਜ ਵਿੱਚ ਮੇਰਾ ਮਨ ਲੱਗਦਾ, ਨਾ ਹੀ ਘਰ ਵਿੱਚ। ਮੈਂ ਗੁਆਚੀ ਗੁਆਚੀ ਜਿਹੀ ਰਹਿਣ ਲੱਗੀ। ਕੀ ਕਰਾਂ, ਕਿੱਥੇ ਜਾਵਾਂ? ਸਾਰੀ ਉਮਰ ਤਾਂ ਮੰਮੀ ਦੇ ਪਰਛਾਵੇਂ ਵਿੱਚ ਗੁਜ਼ਾਰ ਦਿੱਤੀ ਸੀ। ਮੇਰਾ ਕੋਈ ਆਪਣਾ ਵਜੂਦ ਤਾਂ ਸੀ ਹੀ ਨਹੀਂ ਅਤੇ ਭਰਾ ਭਾਬੀ ਨੂੰ ਮੈਂ ਕਦੇ ਆਪਣਾ ਮੰਨਿਆ ਹੀ ਨਹੀਂ ਸੀ। ਬਸ ਥਾਨੇ ਦਿੰਦੀ ਰਹੀ। ਸੋ ਉਹਨਾਂ ਦਾ ਸਹਾਰਾ ਵੀ ਲਗਭਗ ਨਾ ਦੇ ਬਰਾਬਰ ਹੀ ਸੀ। ਮੇਰੇ ਕੋਲ ਹੁਣ ਸਭ ਸੁੱਖ ਸੀ, ਪਰ ਵਧੀਆ ਮਹਿੰਗੀ ਕਾਰ, ਸਾਰੀਆਂ ਸੁੱਖ ਸੁਵਿਧਾਵਾਂ ਵਾਲਾ ਘਰ, ਚੰਗਾ ਬੈਂਕ ਬੈਲੈਂਸ, ਇੱਜ਼ਤ ਵਾਲੀ ਨੌਕਰੀ, ਸਭ ਕੁਝ। ਪਰ ਨਹੀਂ ਸੀ ਤਾਂ ਕੋਈ ਮੇਰਾ ਆਪਣਾ, ਜਿਸ ਨੂੰ ਮੈਂ ਆਪਣਾ ਸੁੱਖ ਦੁੱਖ ਕਹਿ ਸਕਾਂ। ਇਕੱਲੀ ਜ਼ਿੰਦਗੀ ਢੋਂਦੇ ਢੋਂਦੇ ਥੱਕ ਚੁੱਕੀ ਸੀ ਮੈਂ। ਹੁਣ ਤਾਂ ਮੇਰਾ ਵਜੂਦ ਵੀ ਗੁਆਚਦਾ ਜਾ ਰਿਹਾ ਸੀ, ਮੇਰੇ ਆਪਸੀ ਰਿਸ਼ਤੇ ਵੀ ਸੁੰਗੜਨ ਲੱਗੇ ਸੀ। ਨਾ ਮੈਂ ਕੋਈ ਆਪਣਾ ਦੋਸਤ ਬਣਾਇਆ, ਨਾ ਹੀ ਕੋਈ ਸੰਗੀ ਸਾਥੀ। ਪਰ ਸੂਰਜ ਦੀ ਰੌਸ਼ਨੀ ਵੀ ਆਖਰ ਕਦੋਂ ਤੱਕ ਰਹਿੰਦੀ? ਮੇਰੇ ਆਲੇ ਦੁਆਲੇ ਹਨੇਰਾ ਹੋਣਾ ਹੀ ਸੀ। ਹੌਲੀ ਹੌਲੀ ਦਿਨ ਮਹੀਨਿਆਂ ਵਿੱਚ ਗੁਜ਼ਰ ਗਏ ਅਤੇ ਮਹੀਨੇ ਸਾਲਾਂ ਵਿੱਚ। ਇੱਕ ਦਿਨ ਮੈਂ ਦੁਪਹਿਰ ਦੀ ਕਲਾਸ ਲੈ ਰਹੀ ਸੀ ਕਿ ਅਚਾਨਕ ਸਿਰ ਵਿੱਚ ਤੇਜ਼ ਦਰਦ ਉੱਠਿਆ ਅਤੇ ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਛਾ ਗਿਆ। ਨਾ ਮੇਰੇ ਤੋਂ ਬੈਠਾ ਜਾ ਰਿਹਾ ਸੀ ਅਤੇ ਨਾ ਹੀ ਮੈਂ ਕੁਝ ਸੋਚ ਸਕੀ ਸੀ। ਬਸ ਬੁੱਤ ਬਣੀ ਖੜੀ ਦੀ ਖੜੀ ਰਹਿ ਗਈ। ਸਾਰਾ ਸਰੀਰ ਇੱਕਦਮ ਜਕੜਿਆ ਗਿਆ ਅਤੇ ਜਦੋਂ ਹੋਸ਼ ਆਇਆ ਤਾਂ ਹਸਪਤਾਲ ਵਿੱਚ ਪਈ ਸੀ। ਮੈਂ ਕਿਸੇ ਨੂੰ ਵੀ ਪਹਿਚਾਣ ਨਹੀਂ ਸੀ ਸਕੀ ਅਤੇ ਇਹ ਵੀ ਨਹੀਂ ਸੀ ਜਾਣ ਸਕੀ ਕਿ ਮੈਂ ਇੱਥੇ ਕਿਵੇਂ ਆਈ। ਬਸ ਕੁਝ ਤੁਰਦੇ ਫਿਰਦੇ ਪਰਛਾਵੇਂ ਦਿਸ ਰਹੇ ਸੀ। ਮੈਂ ਬਸ ਉਹਨਾਂ ਨੂੰ ਦੇਖਦੀ ਰਹੀ। ਦੋ ਦਿਨਾਂ ਬਾਅਦ ਥੋੜ੍ਹਾ ਹੋਸ਼ ਆਉਣ ਲੱਗਾ ਸੀ। ਪਤਾ ਲੱਗਾ ਕਿ ਕਾਲਜ ਦੇ ਹੀ ਕੁਝ ਸਹਿਕਰਮੀ ਮੈਨੂੰ ਇੱਥੇ ਹਸਪਤਾਲ ਲੈ ਕੇ ਆਏ ਸਨ। ਹੋਸ਼ ਆਉਣ 'ਤੇ ਮੈਂ ਧਿਆਨ ਨਾਲ ਦੇਖਿਆ, ਭਾਬੀ ਦਾ ਧੁੰਦਲਾ ਜਿਹਾ ਚਿਹਰਾ ਮੈਨੂੰ ਦਿਸਿਆ ਜੋ ਮੇਰੇ ਕੋਲ ਹੀ ਬੈਠੀ ਸੀ। ਮੈਨੂੰ ਦੇਖ ਕੇ ਉਹ ਮੁਸਕਰਾਈ ਅਤੇ ਕੁਝ ਵੀ ਕਹਿਣ ਤੋਂ ਮਨਾ ਕਰ ਦਿੱਤਾ। ਮੇਰੇ ਚਿਹਰੇ 'ਤੇ ਪਿਆਰ ਨਾਲ ਹੱਥ ਰੱਖਿਆ ਅਤੇ ਕਿਹਾ ਕਿ ਚਿੰਤਾ ਨਾ ਕਰ, ਮੈਂ ਆ ਗਈ ਹਾਂ, ਸਭ ਠੀਕ ਹੋ ਜਾਵੇਗਾ। ਮੇਰਾ ਰੋਣਾ ਨਿਕਲ ਗਿਆ। ਫਿਰ ਮੈਨੂੰ ਪ੍ਰਾਈਵੇਟ ਵਾਰਡ ਵਿੱਚ ਸ਼ਿਫਟ ਕਰ ਦਿੱਤਾ ਗਿਆ। ਡਾਕਟਰ ਦੇ ਅਨੁਸਾਰ ਮੈਨੂੰ ਉਦੋਂ ਤੱਕ ਡਿਸਚਾਰਜ ਨਹੀਂ ਕੀਤਾ ਜਾ ਸਕਦਾ ਸੀ ਜਦੋਂ ਤੱਕ ਪੂਰੀ ਤਰ੍ਹਾਂ ਠੀਕ ਨਾ ਹੋ ਜਾਵਾਂ, ਅਤੇ ਇਸ ਗੱਲ ਨੂੰ ਹਫ਼ਤਾ ਵੀ ਲੱਗ ਸਕਦਾ ਸੀ ਅਤੇ ਮਹੀਨਾ ਵੀ। ਮੇਰੇ ਦਿਮਾਗ ਵਿੱਚ ਕਲੌਟ ਆ ਗਿਆ ਸੀ ਜੋ ਹੁਣ ਹੌਲੀ ਹੌਲੀ ਖੁੱਲ੍ਹਦਾ ਜਾ ਰਿਹਾ ਸੀ। ਭਾਬੀ ਵੀ ਕਦੋਂ ਤੱਕ ਉੱਥੇ ਬੈਠੀ ਰਹਿੰਦੀ? ਸ਼ੁਰੂ ਸ਼ੁਰੂ ਵਿੱਚ ਤਾਂ ਮੇਰੇ ਸਹਿਕਰਮੀ ਵੀ ਮੇਰਾ ਹਾਲ ਚਾਲ ਪਤਾ ਕਰਨ ਆਉਂਦੇ ਰਹੇ, ਪਰ ਹੁਣ ਉਹ ਘੱਟ ਤੋਂ ਘੱਟ ਹੁੰਦੇ ਗਏ। ਮੈਂ ਸਮਝ ਚੁੱਕੀ ਸੀ ਕਿ ਮੇਰੀ ਜ਼ਿੰਦਗੀ ਦੇ ਹਾਲਾਤ ਬਹੁਤ ਬੁਰੇ ਹੋ ਚੁੱਕੇ ਹਨ। ਇਹਨਾਂ ਹਾਲਾਤਾਂ ਵਿੱਚ ਮੇਰੇ ਕਾਲਜ ਨੇ ਵੀ ਮੈਨੂੰ ਰਿਟਾਇਰ ਕਰ ਦਿੱਤਾ। ਇਹ ਮੇਰੇ ਲਈ ਹੋਰ ਵੀ ਵੱਡਾ ਧਮਾਕਾ ਸੀ। ਦੋ ਤਿੰਨ ਦਿਨਾਂ ਬਾਅਦ ਜਦੋਂ ਮੇਰੀ ਹਾਲਤ ਕੁਝ ਠੀਕ ਹੋਈ ਤਾਂ ਭਰਾ ਮੈਨੂੰ ਘਰ ਲੈ ਆਇਆ। ਮੇਰੇ ਆਉਣ ਨਾਲ ਘਰ ਦਾ ਮਾਹੌਲ ਤਣਾਅ ਨਾਲ ਭਰ ਗਿਆ ਸੀ। ਬਸ ਮੇਰੇ ਬਾਰੇ ਹੀ ਗੱਲਾਂ ਹੁੰਦੀਆਂ ਰਹਿੰਦੀਆਂ ਸੀ। ਮੈਂ ਕਈ ਵਾਰ ਭਰਾ ਨੂੰ ਕਹਿੰਦੇ ਸੁਣਿਆ ਸੀ ਕਿ ਮੈਨੂੰ ਕਿਸੇ ਬਿਰਧ ਆਸ਼ਰਮ ਜਾਂ ਓਲਡ ਏਜ ਹੋਮ ਵਿੱਚ ਭੇਜ ਦੇਣਾ ਚਾਹੀਦਾ ਸੀ, ਪਰ ਮੈਂ ਇਸ ਕਾਬਲ ਵੀ ਨਹੀਂ ਸੀ ਰਹੀ ਕਿ ਠੀਕ ਢੰਗ ਨਾਲ ਚੱਲ ਫਿਰ ਸਕਾਂ। ਫਿਰ ਮੈਂ ਭਲਾ ਕਿਸ ਅਧਿਕਾਰ ਨਾਲ ਇੱਥੇ ਰਹਿ ਸਕਦੀ ਸੀ? ਸਾਰੀ ਉਮਰ ਭਾਬੀ ਨਾਲ ਕਦੇ ਢੰਗ ਨਾਲ ਨਹੀਂ ਸੀ ਰਹੀ, ਕਦੇ ਚੰਗਾ ਵਿਹਾਰ ਨਹੀਂ ਸੀ ਕੀਤਾ। ਮੰਮੀ ਦੇ ਨਾਲ ਮਿਲ ਕੇ ਝੂਠੇ ਇਲਜ਼ਾਮ ਲਗਾਉਂਦੀ ਰਹੀ।
ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਮੈਂ ਕਦੇ ਆਪਣੇ ਦਿਮਾਗ ਤੋਂ, ਆਪਣੇ ਸਬਰ ਤੋਂ ਕੰਮ ਨਹੀਂ ਲਿਆ। ਹੁਣ ਮੇਰਾ ਦਿਲ ਟੁੱਟ ਚੁੱਕਿਆ ਸੀ ਅਤੇ ਮੈਂ ਰੋਣ ਲੱਗੀ। ਭਾਬੀ ਚਾਹੁੰਦੀ ਤਾਂ ਮੈਨੂੰ ਹਸਪਤਾਲ ਤੋਂ ਹੀ ਅਲਵਿਦਾ ਕਹਿ ਸਕਦੀ ਸੀ, ਉਹ ਚਾਹੁੰਦੀ ਤਾਂ ਮੈਨੂੰ ਇਸ ਘਰ ਵਿੱਚ ਰਹਿਣ ਹੀ ਨਾ ਦਿੰਦੀ। ਮੇਰਾ ਗੁਨਾਹ ਵੀ ਤਾਂ ਮਾਫ਼ੀ ਦੇ ਕਾਬਲ ਨਹੀਂ ਸੀ, ਪਰੰਤੂ ਉਸਨੇ ਅਜਿਹਾ ਨਹੀਂ ਕੀਤਾ। ਮੇਰੇ ਸਾਹਮਣੇ ਢਾਲ ਬਣ ਕੇ ਖੜ੍ਹੀ ਹੋ ਗਈ ਅਤੇ ਮੈਨੂੰ ਕਿਤੇ ਨਹੀਂ ਜਾਣ ਦਿੱਤਾ। ਇਸ ਦੇ ਲਈ ਸ਼ਾਇਦ ਉਸਨੂੰ ਭਰਾ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਹੋਵੇਗਾ, ਨੂੰਹ ਪੁੱਤ ਨੂੰ ਵੀ ਉਸਨੇ ਮਨਾਇਆ ਹੋਵੇਗਾ। ਮੈਂ ਇਹ ਸਭ ਕੁਝ ਮਹਿਸੂਸ ਕਰ ਰਹੀ ਸੀ। ਮੇਰੀ ਹਾਲਤ ਹੁਣ ਅਜਿਹੀ ਵੀ ਨਹੀਂ ਸੀ ਕਿ ਗੋਡੇ ਟੇਕ ਕੇ ਮਾਫ਼ੀ ਮੰਗ ਸਕਾਂ। ਮੈਂ ਇਸ ਘਰ ਵਿੱਚ ਆਪਣਾ ਇੱਕ ਅਲੱਗ ਹੀ ਸਾਮਰਾਜ ਬਣਾਉਣ ਦਾ ਯਤਨ ਕੀਤਾ ਸੀ। ਭਾਬੀ ਤਾਂ ਲੜੀ ਵੀ ਨਹੀਂ ਅਤੇ ਮੈਂ ਫਿਰ ਵੀ ਹਾਰ ਗਈ। ਮੇਰਾ ਕੀਤਾ ਕਿਰਾਇਆ ਹੀ ਤਾਂ ਮੇਰੇ ਸਾਹਮਣੇ ਆ ਗਿਆ ਸੀ। ਭਾਬੀ ਮੇਰੇ ਲਈ ਚਾਹ ਪਾਣੀ ਬਣਾ ਕੇ ਲਿਆਉਂਦੀ ਸੀ। ਮੈਂ ਉਸ ਤੋਂ ਹੱਥ ਜੋੜ ਕੇ ਆਪਣੇ ਕੀਤੇ ਲਈ ਮਾਫ਼ੀ ਮੰਗੀ ਅਤੇ ਭਾਬੀ ਨੇ ਹਮੇਸ਼ਾ ਵਾਂਗ ਇੱਕ ਮਿੰਟ ਵਿੱਚ ਹੀ ਮੈਨੂੰ ਮਾਫ਼ ਕਰ ਦਿੱਤਾ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਮੇਰੇ ਨਾਲ ਗੁੱਸੇ ਹੈ ਹੀ ਨਹੀਂ। ਮੈਂ ਉਸਦੇ ਨਾਲ ਇੰਨਾ ਗਲਤ ਕੀਤਾ, ਫਿਰ ਵੀ ਉਸਨੇ ਮੈਨੂੰ। ਕਹਿੰਦੇ ਹਨ ਕਿ ਉੱਪਰ ਵਾਲੀ ਦੀ ਚਪੇੜ ਕਦੇ ਵੀ ਆਵਾਜ਼ ਨਹੀਂ ਕਰਦੀ, ਪਰ ਉਸਦੀ ਸੱਟ ਸਾਨੂੰ ਬਹੁਤ ਅੰਦਰ ਤੱਕ ਤਕਲੀਫ ਦਿੰਦੀ ਆ। ਕਾਸ਼ ਕੋਈ ਮੇਰੇ ਬੀਤੇ ਹੋਏ ਦਿਨ ਮੈਨੂੰ ਵਾਪਸ ਦੇ ਦੇਵੇ ਅਤੇ ਮੈਂ ਫਿਰ ਤੋਂ ਆਪਣੇ ਆਪ ਨੂੰ ਸੁਧਾਰ ਲਵਾਂ। ਅੱਜ ਮੈਨੂੰ ਆਪਣੀਆਂ ਗਲਤੀਆਂ 'ਤੇ ਬਹੁਤ ਹੀ ਪਛਤਾਵਾ ਹੋ ਰਿਹਾ। ਕਾਸ਼ ਜਦੋਂ ਮੈਂ ਗਲਤੀ ਕਰਦੀ ਸੀ ਤਾਂ ਮੇਰੀ ਮਾਂ ਮੈਨੂੰ ਇੱਕ ਥੱਪੜ ਮਾਰ ਕੇ ਸਹੀ ਰਸਤੇ 'ਤੇ ਤੁਰਨਾ ਸਿਖਾ ਦਿੰਦੀ। ਕਾਸ਼। ਸੋ ਚੰਗੀ ਪਰਵਰਿਸ਼ ਘਰ ਨੂੰ ਸਵਰਗ ਬਣਾ ਸਕਦੀ ਹੈ ਅਤੇ ਮਾੜੀ ਨਰਕ, ਅਤੇ ਇਹ ਉਹੀ ਨਰਕ ਸੀ ਜੋ ਮਾੜੀ ਪਰਵਰਿਸ਼ ਦੇ ਕਰਕੇ ਉਹ ਭੋਗ ਰਹੀ ਸੀ। ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਹਾਣੀ, ਕੀ ਸਿੱਖਿਆ ਮਿਲੀ, ਚੰਗੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ। ਉਮੀਦ ਹੈ ਕਿ ਦਿਲ ਦੀਆਂ ਗਹਿਰਾਈਆਂ ਤੱਕ ਛੂ ਗਈ ਹੋਵੇਗੀ ਇਹ ਕਹਾਣੀ। ਸ਼ੇਅਰ ਕਰਿਓ ਵੱਧ ਤੋਂ ਵੱਧ, ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਹੀ ਪਹੁੰਚ ਸਕੇ ਇਹ ਵਾਲਾ ਅਹਿਸਾਸ, ਹਰੇਕ ਨੂੰ ਹੋ ਸਕੇ ਕਿ ਕਿਸੇ ਨੂੰ ਦੁਖੀ ਕਰਕੇ ਤੁਸੀਂ ਆਪਣਾ ਸੁਖੀ ਸਾਮਰਾਜ ਕਦੇ ਨਹੀਂ ਵਸਾ ਸਕਦੇ। ਸੋ ਉਮੀਦ ਹੈ ਸ਼ੇਅਰ ਜ਼ਰੂਰ ਕਰੋਗੇ, ਲਾਈਕ ਵੀ ਕਰੋਗੇ ਅਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਵੇਗਾ। ਸੁਣਨ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਇਹੋ ਜਿਹੀ ਇੱਕ ਹੋਰ ਕਹਾਣੀ ਦੇ ਨਾਲ। ਤਦ ਤੱਕ ਦੇ ਲਈ ਤੁਸੀਂ ਬਾਕੀ ਕਹਾਣੀਆਂ ਦਾ ਆਨੰਦ ਜ਼ਰੂਰ ਲੈਂਦੇ ਰਹੋ। ਬਹੁਤ ਬਹੁਤ ਧੰਨਵਾਦ।